सुनो जी, फिर अज के दिन की शुरुआत कर दी। और डॉक्टर साहब स्वागत है जी थोड़ा साढ़े अज के दिन दे विच। डॉक्टर तेजपाल सिंह जी सत श्री अकाल जी। सत श्री अकाल जी, जी। सर स्वागत है जी मनजीत मान जी, बहुत बहुत प्यार भरी सत श्री अकाल सारे श्रोतियां नूं, प्रभात रेडियो दे सारे श्रोतियां नूं बहुत बहुत सत श्री अकाल। हाँ जी, स्वागत है जी थोड़ा आज के दिन दे विच। और स्वागत कर दे इस करके कि तुसी सानू थोड़ा थोड़ा अपने आप दे डॉक्टर बनना सिखा रहे हो हौली हौली। और मैनू लगता भी श्रोते भी हर सैगमेंट दे विच कुछ ना कुछ तां अपने आप दे लई अपना रहे है। सो असी पिछली बारी भी अपने खाने नूं लेके चिंता दा एक विशा जिहड़ा उह शेयर कीता सी कि असी कमाई दे लई असी तुरे फिरदे आ, मेहनत करदे आ, दिन रात असी भज्जे फिरदे आ, फिर भी अपने आप नूं जदों अन्न देना हुंदा, रोटी खानी हुंदी आ, ढिड भरना हुंदा तां असी कुछ नहीं ध्यान दिंदे, असी बस जिस हिसाब दे विच हुंदा उवें अपने आप नूं खाण जोगा बना लैंदे आ। सो सर चलिए फिर अज दे दिन दी जानकारी दी शुरुआत करिए। और सारे श्रोतियां वल्लों कबूल कर लो जी बहुत ही प्यार भरी सत श्री अकाल, क्योंकि कल्ले कल्ले दे नाम लवांगे तां बहुत टाइम लग जाणा, इसलिए सारे श्रोते थोड़ा मोस्ट वेलकम कर रहे हैं जी। धन्यवाद जी सारे श्रोतियां दा ते मनजीत मान जी तुहाडा। अज असीं गल करांगे जी डिजीज ते दिस इज जी, डिजीज ते दिस इज दे विच की फर्क हुंदा है जी। कई बार साडे शरीर नूं दिस इज दी पोजीशन हुंदी है, डिसकंफर्ट हुंदा है, ते असीं उहनूं डिजीज समझ लैंदे आ जी। मतलब साडी कोई तकलीफ हुंदी है साडी बॉडी नूं, हां जी, ਤੇ ਅਸੀਂ ਉਹਨੂੰ ਬਿਮਾਰੀ ਸਮਝ ਕੇ ਉਹਦਾ ਇਲਾਜ ਕਰਵਾਉਣਾ ਸ਼ੁਰੂ ਕਰਦੇ ਆ। ਹਾਂ ਜੀ, ਅੱਜ ਇਹਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ ਜੀ। ਮਨਜੀਤ ਜੀ ਠੀਕ ਆ ਰਹੀ ਆਵਾਜ਼? ਕੋਈ ਦਿੱਕਤ ਤਾਂ ਨਹੀਂ ਨਾ? ਹਾਂ ਜੀ, ਹਾਂ ਜੀ, ਬਹੁਤ ਵਧੀਆ ਆਵਾਜ਼ ਆ ਰਹੀ ਹੈ ਜੀ। ਚਲੋ ਤੁਸੀਂ ਤੁਹਾਡੇ ਆਲੇ ਦੁਆਲੇ ਆਪਾਂ ਦੇਖਦੇ ਆ ਕਿ ਹਰ ਗਲੀ ਦੇ ਵਿੱਚ ਇੱਕ ਮੁਹੱਲੇ ਚ ਇੱਕ ਡਾਕਟਰ ਹੁੰਦਾ ਜਿਹਨੂੰ ਆਪਾਂ ਆਮ ਆਰ ਐਮ ਪੀ ਡਾਕਟਰ ਕਹਿੰਦੇ ਆ। ਹਾਂ ਜੀ, ਉਹਨਾਂ ਕੋਲ ਜਾ ਕੇ ਕਿਤੇ ਇੱਕ ਘੰਟਾ ਬੈਠ ਕੇ ਤੁਸੀਂ ਦੇਖੋਗੇ ਤਾਂ ਉਹਨਾਂ ਕੋਲ 99% ਜਿਹੜੇ ਪੇਸ਼ੈਂਟ ਆਉਂਦੇ ਨੇ ਉਹ ਕਿਸ ਚੀਜ਼ ਦੇ ਆਉਂਦੇ ਨੇ? ਛਿੱਕਾਂ ਲੱਗੀਆਂ ਜੀ, ਨਜ਼ਲਾਂ ਹੈ, ਜ਼ੁਕਾਮ ਹੈ, ਉਲਟੀਆਂ ਲੱਗੀਆਂ ਜੀ, ਲੂਜ ਮੋਸ਼ਨ ਨੇ, ਬੁਖਾਰ ਹੈ। ਮੋਸਟਲੀ ਪੇਸ਼ੈਂਟ ਜਿਹੜੇ ਆ ਉਹਨਾਂ ਕੋਲ ਇਹਨਾਂ ਚੀਜ਼ਾਂ ਦੇ ਆਉਂਦੇ ਨੇ। ਹਾਂ ਬਿਲਕੁਲ ਸਹੀ ਕਿਹਾ ਤੁਸੀਂ। ਅੱਜ ਆਪਾਂ ਜਿਹੜਾ ਨੈਚੁਰੋਪੈਥੀ ਦੇ ਤਰੀਕੇ ਨਾਲ ਗੱਲ ਸਮਝਦੇ ਹੋਏ ਆਪਾਂ ਇਹ ਜਾਣਾਂਗੇ ਕਿ ਕੀ ਸੱਚਮੁੱਚ ਇਹ ਬਿਮਾਰੀਆਂ ਨੇ, ਹਾਂਜੀ, ਸੱਚਮੁੱਚ ਸਾਨੂੰ ਇਹਨਾਂ ਲਈ ਦਵਾ ਲੈਣ ਦੀ ਲੋੜ ਹੈ, ਕੀ ਸੱਚਮੁੱਚ ਇਹਨਾਂ ਦਾ ਕੋਈ ਇਲਾਜ ਕਰਨ ਦੀ ਜ਼ਰੂਰਤ ਹੈ। ਹਾਂਜੀ ਜੀ, ਇਹਨਾਂ ਚੀਜ਼ਾਂ ਲਈ ਡਾਕਟਰ ਗੋਲੀਆਂ ਦਵਾਈਆਂ ਤਾਂ ਦਿੰਦਾ ਹੀ ਹੈ, ਟੀਕਾ ਵੀ ਲਾ ਦਿੰਦਾ। ਠੀਕ ਹੈ ਵੀ, ਔਰ ਅਜੇ ਅਸੀਂ ਕਈ ਵਾਰ ਜੀ ਤੁਸੀਂ ਕਹਿ ਰਹੇ ਹੋ ਨਾ ਕਿ ਕੁਝ ਸਮਾਂ ਤੁਸੀਂ ਉਸ ਡਾਕਟਰ ਕੋਲੇ ਬੈਠੇ ਹੋ, ਤੇ ਕਈ ਵਾਰੀ ਮੈਂ ਵੀ ਜਾਨੀ ਹੈ ਜੀ, ਕਈ ਵਾਰ ਅਰਜੈਂਟ ਲੋੜ ਪੈ ਜਾਂਦੀ ਹੈ ਤੇ ਮੈਂ ਕਈ ਵਾਰੀ ਉੱਥੇ ਮੈਨੂੰ ਅੱਧਾ ਅੱਧਾ ਘੰਟਾ ਵੀ ਬੈਠਣਾ ਪੈਂਦਾ। ਸੱਚੀ ਕਹਿ ਜੀ, ਛੋਟੀਆਂ ਛੋਟੀਆਂ ਗੱਲਾਂ ਦੇ ਲਈ ਲੋਕ ਮੈਡੀਸਨ ਲੈਣ ਆਉਂਦੇ, ਔਰ ਮੈਡੀਸਨ ਵੀ ਤੁਸੀਂ ਮੰਨੋਗੇ ਫਿਰ ਹਫਤੇ ਹਫਤੇ ਦੀ। ਮੈਂ ਇੱਕ ਮੈਡਮ ਨੂੰ ਦੇਖ ਰਹੀ ਸੀ, ਉਹਨਾਂ ਦੇ ਕੋਈ ਪੇਨ ਹੁੰਦਾ ਸੀ ਜਿੱਦਾਂ ਕਹਿ ਦਈਏ ਕਿ ਖਾਣੇ ਤੋਂ ਬਾਅਦ ਨਾ ਤੇ ਪੇਨ ਹੋਣਾ ਸ਼ੁਰੂ ਹੋ ਜਾਂਦਾ ਸੀਗਾ, ਤਾਂ ਉਹ ਕਿਸੇ ਹੋਰ ਏਰੀਏ ਦੇ ਵਿੱਚੋਂ ਇਸ ਡਾਕਟਰ ਤੋਂ ਦਵਾਈ ਲੈਣ ਆਉਂਦੇ ਸੀ ਜੋ ਸਾਡੇ ਸਾਈਡ ਤੇ ਸੀਗਾ, ਤਾਂ ਉਹ ਮਤਲਬ ਚੇਂਜ ਹੋ ਕੇ ਚਲੇ ਗਏ ਸੀ। ਬਸ ਜਿਵੇਂ ਕਹਿੰਦੇ ਹੁੰਦੇ ਨੇ ਕਿ ਸਾਡਾ ਘਰੇਲੂ ਡਾਕਟਰ ਹੈ ਤੇ ਸਾਨੂੰ ਤਾਂ ਏਸੇ ਦੀ ਦਵਾਈ ਲੱਗੇਗੀ, ਉਹ ਹਿਸਾਬ ਸੀ ਉਸ ਮੈਡਮ ਦਾ, ਤੇ ਉਹ ਲਿਫਾਫਾ ਭਰ ਕੇ ਉਹ ਗੋਲੀਆਂ ਦਾ ਲੈ ਕੇ ਗਈ ਪੇਨ ਕਿਲਰਸ ਦਾ। ਤੇ ਮੈਂ ਬਾਅਦ ਦੇ ਵਿੱਚ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਹੁਣ ਇਹਨਾਂ ਨੂੰ ਆਦਤ ਪੈ ਚੁੱਕੀ ਹੈ ਵੀ ਇਹਨਾਂ ਨੂੰ ਇਹ ਲੱਗਦਾ ਵੀ ਜਦੋਂ ਇਹ ਗੋਲੀ ਲੈ ਲੈਣਗੇ ਤਾਂ ਇਹ ਪਰਫੈਕਟ ਹੈ, ਜਦਕਿ ਇਹ ਐਵੇਂ ਵੀ ਠੀਕ ਹੋ ਸਕਦੇ ਆ। ਬਟ ਉਹ ਦੇਖੋ ਥੈਲਾ ਭਰਾ ਕੇ ਇਹੋ ਲੈ ਕੇ ਗਈ ਕਿ ਮੈਨੂੰ ਮਹੀਨੇ ਬਾਅਦ ਫਿਰ ਐਡੀ ਦੂਰੋਂ ਗੇੜਾ ਮਾਰੂੰਗੀ ਤਾਂ ਮੈਂ ਮਹੀਨੇ ਦੀ ਦਵਾਈ ਮੈਨੂੰ ਪੱਕੀ ਦੇ ਦਿਓ, ਚਾਹੇ ਮੈਂ ਠੀਕ ਹਾਂ ਚਾਹੇ ਨਾ, ਡੇਲੀ ਇੱਕ ਪੇਨ ਕਿਲਰ ਲੈਣਾ ਲੈਣਾ। ਜੀ, ਤੇ ਅਸਲ ਚ ਇੱਕ ਗੱਲ ਮੈਂ ਇੱਥੇ ਕਹਿਣੀ ਚਾਹੁੰਦਾ ਜੀ, ਉਹ ਇਹ ਹੈ ਕਿ ਬਿਮਾਰੀ ਦੀ ਆਪਾਂ ਅਗਰ ਗੱਲ ਕਰੀਏ ਨਾ ਤਾਂ ਸਾਡਾ ਸਰੀਰ ਇੰਨੀ ਯੂਨੀਕ ਮਸ਼ੀਨ ਹੈ, ਹਿਊਮਨ ਬਾਡੀ ਏਡਾ ਯੂਨੀਕ ਸਿਸਟਮ ਹੈ ਕਿ ਥੋੜੇ ਕਿਤੇ ਬਿਮਾਰ ਨਹੀਂ ਹੁੰਦੀ। ਬਿਮਾਰ ਇਸ ਨੂੰ ਬਿਮਾਰ ਕਰਨ ਲਈ ਸਾਡੀ ਕਈ ਸਾਲਾਂ ਭਰ ਦੀ ਮਿਹਨਤ ਹੁੰਦੀ ਹੈ, ਅਸੀਂ ਬਾਰ ਬਾਰ ਇਹਦੇ ਨਾਲ ਮਿਸਬਿਹੇਵ ਕਰਦੇ ਹਾਂ, ਅਸੀਂ ਬਾਰ ਬਾਰ ਇਹਦੇ ਨਾਲ ਘਟੀਆ ਤਰ੍ਹਾਂ ਦਾ ਬਿਹੇਵੀਅਰ ਕਰਦੇ ਹਾਂ ਤਾਂ ਜਾ ਕੇ ਇਹ ਬਿਮਾਰ ਹੁੰਦੀ ਹੈ। ਸਹੀ ਗੱਲ ਜੀ, ਬਿਲਕੁਲ। ਤੇ ਅੱਜ ਆਪਾਂ ਮੰਨ ਲਓ ਤੁਸੀਂ ਕਿਤੋਂ ਜਾ ਰਹੇ ਹੋ, ਲੰਘ ਰਹੇ ਹੋ ਤੇ ਕੋਈ ਬੰਦਾ ਝਾੜੂ ਦੇ ਰਿਹਾ ਜਾਂ ਪੁਰਾਣਾ ਕੋਈ ਧੂੜ ਭਰਿਆ ਕੱਪੜਾ ਝਾੜ ਰਿਹਾ ਤੇ ਅਚਾਨਕ ਤੁਹਾਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਣ। ਬਿਲਕੁਲ ਜੀ, ਹੁਣ ਜਦੋਂ ਛਿੱਕਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਤੇ ਸਾਨੂੰ ਇਹ ਗੱਲ ਸਮਝ ਆ ਜਾਂਦੀ ਹੈ, ਕਿਉਂਕਿ ਜਦੋਂ ਤੁਸੀਂ ਕਿਚਨ ਦੇ ਵਿੱਚ ਤੜਕਾ ਜ਼ਿਆਦਾ ਭੁੱਜ ਜਾਂਦਾ ਤਦ ਵੀ ਛਿੱਕਾਂ ਆਉਣ ਲੱਗ ਜਾਂਦੀਆਂ ਨੇ। ਬਿਲਕੁਲ, ਛਿੱਕ ਸਾਨੂੰ ਆਉਂਦੀ ਕਿਉਂ ਆ? ਆਉਂਦੀ ਕਿਉਂ ਆ ਜੀ?
असल की है कि साडा साह लैण वाला जो सिस्टम है पूरा का पूरा एक डिफेंस मैकेनिज्म है जी। जो ही कोई अनवांटेड चीज साडे अंदर नक राही या मूह राही चली जाती है साह प्रणाली पासे तो तुरंत साडा ब्रेन जिहड़ा है वो एक्टिव हो जाता है। पता लग जाता है कि यह चीज जी है इस तो पहला कि फेफड़िया तक पहुंचे नुकसान पहुंचावे फेफड़िया इस तो पहला पहले बाहर कढ़ना होगा तो ब्रेन एक ग्लैंड जिन्हों को स्नीजिंग ग्लैंड कह सकते हैं एक्टिवेट करता है। आप कह लीए भी एक सोल्जर है बॉडी के कोल एक सिपाही है जो पहरे से खड़ा है उन्होंने वो ड्यूटी लाना है भी तू देखो चार या 40 पार्टीकल ने जिहड़े आए ने अंदर इन्होंने बाहर कढ़ना है बाहर कढ़ना है एनालाइज करता है सारा कुछ देखने तो बाद वो डिसाइड करता जी मैं चार छिक्का मारूंगा तेन बाहर कर दूंगा ठीक है ते बॉडी जी है स्नीजिंग क्रिएट कर दी है जी। असी लोग की सोचते हैं तुम देखो जे 10 बंदे खड़े हो ना किसी छिक आ जाए तो अभी सॉरी कहने सानू ए लगता भी अभी पता नहीं किड्डी वड्डी गलती करती मतलब छिक औरते सॉरी कहना जिहड़ा वो बिल्कुल बनता नहीं है एक तुसी जान के नहीं मारी तुहाडी बॉडी ने अपनी क्लीनिंग करन लई एक तरीका अपनाया जी क्या बात है। अच्छा वो मन लो जी बॉडी ने डिसाइड कर लिया कि मैं हुण जे चार छिक्कां नालों बाहर जा सकदे कोई पोजीशन इह जी होएगी बॉडी नूं 20 छिक्कां मारनियां पै सकदियां जां 50 बार स्नीज करना पै सकदा है जदों असीं 5-7 तों बाहर तो ज्यादा छिकते हैं असि कोई ना कोई जुगार लाने फिर कोई छिक्का बंद हो नकते कोई बाम लाई जाए जा कोई एंटी एलर्जिक दवा खाई जाए छिक्का बंद करता जाए। एक सवाल है मेरा यही जी क्योंकि इसे समय पूछना बनता सी माफ करना मैं तुहानू रोक रही हूं मेनू पहला हुंदा सी सिस्टम बट हुण जिवें पता नहीं कहिंदे कि ज्यों ज्यों उम्र दा पड़ा अगे वधदा जांदा इह लैवल घट गया बट अज मैं देखदी हां बहुत चीजां मेरे बेटे च मेरे जो मेरे च हुंदियां सी सेम उही आ तो जदों सुत्ता उठदा ना उठण सार हले ओह बैड तों नीचे पैर नहीं लाउंदा कि उहनूं तुसीं मन्नोगे 15 तों 20 छिक्कां आ जिहड़ियां कंटीन्यू आउंदियां ते ओह इन्ना बौंदन जांदा थक जांदा ते कई वार तां इह कहूगा कि मम्मा मैनूं कोई दवाई दवा दो मैं पागल हो जाऊंगा इन्नियां छिक्कां मतलब 15 तों 20 जनरेशन अगली है ना ओहदे नाल काफी मेरे बेटे नूं भी इस तरह की प्रॉब्लम थी उस नैचुरल जी मैं गल कर रहा उस तो अलग अलग तरह की चीज है ये तो इम्यूनिटी जुड़ी हुई चीज है इम्यूनिटी बहुत ज्यादा कमजोर होंगी है जिदी वजह ना यह ना बॉडी अपना काम करना चाहती है लेकिन वो नहीं कर पा रही परमानेंटली ठीक नहीं कर पा रही उस प्रॉब्लम ए ना एक बहुत बड़ा रोल जो फिर अपना टॉपिक दूजे पास चलाया जाए बहुत बड़ा रोल उस वैक्सीनेशन का जी आप अपने बच्चों करवाई है ठीक है जिहड़े छोटे हुंदे आपां अलग अलग तरह के टीके लगवाए आ उन्होंने साइड इफेक्ट वजो यह जी प्रॉब्लम जिहड़ी आ क्योंकि हर वैक्सीनेशन तुहाडी इम्यूनिटी नूं लोक कहिंदे वैक्सीन स्ट्रोंग करदा है इम्यूनिटी नूं लेकिन गलत है वैक्सीनेशन जिहड़ी आ उहदे साइड इफेक्ट ने जिहड़े उह बच्चों नूं आउंदे ने इहदे इलाज वजो मैं आपां वक्खरी आपां उस टॉपिक ते आउणे ये बॉडी दे अंदर अपनी क्लीनिंग करना एक सिस्टम है जी। गोली खाधी छिक्का बंद हो गया तो उस तो अगे की होएगा जी। बॉडी का काम जेड़ा वो विचकारे अधूरा उन्हें बाहर कढ़ना सी डस्ट पार्टिकल सीगे उन्होंने बाहर कढ़ना सी वो विच ही रह गया ते बॉडी दी स्नीजिंग ग्लैंड जिहड़ी है उन्हें असी अनएक्टिव कर हुण अगला काम की है वो जो डस्ट पार्टिकल है अगर तुम उस माहौल चो बाहर नहीं जा रहे अगर तुम उसका हल नहीं कर रहे तो उनकी गिनती वधेगी संख्या वधेगी जो कोई बैक्टीरिया तो अंदर गया वो भी अपने आप को मल्टीप्लाई करेगा वायरस गया वो भी मल्टीप्लाई होगा तो ब्रेन फिर एक्ट करता है वो उस ग्लैंड को मतलब पालन करता है हाँ भाई इधर आ जी ड्यूटी लाई थी बाहर कढ़ने की तू की किया तो सिंपल जिहा जवाब दिंदा देखो जी मैं काम कर रहा थी मैं 5-7 छिक्का होर मारनिया सी मैं पूरी क्लीनिंग कर लेनी सी लेकिन मैनू तां बेहोश कर दिता गया
इस बंदे ने कोई दवाई खाधी मैं मेरी वक्तों बाहर है और मैं नहीं कुछ भी कर सकता। देन ब्रेन दूसरी ग्लैंड नू एक्टिवेट करता है जिन्हों आप रनिंग लोड कहने दूसरा सिपाही आके कहता जी ये जी चीज पहला हवा नाल बाहर जा सकती थी ना हम ये हवा नाल बाहर ये संख्या बढ़ गई है उन्हें हवा नाल बाहर नहीं जा सकती उन्हें पानी नाल बाहर जाओ। ओके जी जिम्मे आप घर ची की करते हैं झाड़ू लाने जी गंदगी साफ नहीं होती पाइप ला के पानी नाल धोने सिंपल पानी का पोचा लाने इवें साडी बॉडी हुण की कर रही है कि वो एक लेसदार तरह का पानी साडे नक तो बाहर आना शुरू हुंदा है जी। जब ही साडा रनिंग लोड सानू स्टार्ट हुंदा तुरंत असीं दौड़ के डॉक्टर कोल चले जांदे बिल्कुल जानी है हां जी डॉक्टर साहब मेरे नक तो पानी वग रहा कोई यही जी दवाई दियो कि ये बगना बंद हो जाए। हां जिन्हों असीं जुकाम कोई एंटी एलर्जिक एंटीबायोटिक तुहानूं इक कंबीनेशन बना के दे दिंदा है ते साडा नक चो पानी वगैरह बंद हो जांदा है बंद हो जांदा जी बिल्कुल। अच्छा अल्टीमेटली असीं कर की रहे आ चाहे असीं छिक्का नूं बंद कीता चाहे असीं नक वगना बंद कीता असीं गंदगी नूं अंदर ही रखण दी कोशिश कर रहे हैं जी 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 बिल्कुल। हुण उस तो बाद की हो रहा है जी वो चीज मल्टीप्लाई हो रही है वो बढ़ रही है अंदर वो लंग तक पहुंचने की कोशिश कर रही है हां जी जी ते ब्रेन फिर अगली उन्हों एक्टिवेट करता है ग्लैंड नू ये हुण की कीता जावे वो कहंदी है जी ये हुण पानी नाल बाहर नहीं जाना ये तो इन्हां दी संख्या वध चुकी है हुण तां ये एक होर मैनू मतलब गाढ़ा पदार्थ क्रिएट करना पड़ेगा जिहदे नाल ये बाहर जा सके जिन्हों आप बलगम कहने हैं। अच्छा डॉक्टर साहब थोड़ी आवाज कटनी शुरू होगी एक मिनट मेरे तो वीडियो ऑन हो गया तो आवाज डिस्टर्ब। हाँ जी हाँ जी फिर जिम्मे जब आप घर से सफाई करते हैं जेडिया चीजा पानी आले पोचे ना भी ठीक नहीं होंगे फिर आप सारी चीजा पोचा लाने हाँ जी बिल्कुल ते बॉडी म्यूकस क्रिएट करती है वो बलगम क्रिएट करती है ते नाल ओदे खंड क्रिएट करती है कफ क्रिएट करती ताकि बलगम बाहर निकल सके ठीक है जी। मतलब ये सारा का सारा नक वगना छिका होना नक वगना ते खंड रेशा जिहड़ी है ये बॉडी दा अपने आप नू साफ करन दा एक मैकेनिज्म है एक तरीका है जिहदे नाल बॉडी उन्हां चीजां नू बाहर कढ़ना चाहुंदी है जिहड़ियां साडे शरीर लई जरूरी नहीं है। बट असि की करते असि जो जुखाम हो जाता एक दो दिन तो देखते हैं चलो ठीक है ठीक हो जूगा नहीं होंगे तो असि सच्ची मेडिसिन खाने फिर सुक्का रेशा जिन्हों असि कह दें जुखाम बंद हो जाता पर गले च डिगना शुरू हो जाता कई कन्ना च जरा झरझराहट की आवाज आनी शुरू हो जाती है गला कुरकुरी होनी शुरू हो जाती है तो कई बार मैनू भी लगता होंगे कि मेडिसिन जरा इफेक्ट कर रही है जिदे करके आ सारा कुछ तो बंद हो गया बट होर जड़ा सिस्टम वो शुरू हो गया। एक सवाल इत्थे सीगा जी कहंदे ना अगर तां हुण असीं हौली छिक मारदे आ मतलब अपने आले दुआले नूं देख के अपने आले दुआले दे लोगां नूं वेख के वी अरे लोग की कहणगे इन्नी उच्च छिक मारदा वी इहनूं है ही नहीं गा कोई मैनर्स नहीं हैगे तो कई बार हौली छिक मारदे आ तां मैं बहुतियां दी छिक देखदी हुंनी आ मतलब मैं कहती नहीं भी कई तो ना छिक ऐ लगता हुंदा भी बाहर नहीं उहनूं छिक रहे हुंदे अपने अंदर ही छिक रहे हुंदे आ छिक मारन दा भी कोई बिच नहीं खुल के छिक आनी चाहिए आप खुल के छिक क्यों नहीं मारते लोग ए कोई एदे विच प्रॉब्लम भी है गी है। देखो ये साडी साडी मिस इनफॉर्मेशन ही है साडी नॉलेज दी कमी है ये ठीक है कि तुसी अगर ग्रुप च खड़े हो छिक मारन वेले तो रुमाल मोहरे रख सकते हो ताकि तुहाडे ड्रॉपलेट दूजे लोगों तक ना जा जी। मतलब उनू जा उस ग्रुप च थोड़ा पासे हो सकते हो लेकिन छिक नू रोकना जा उनू विच ही घुट लेना ये अपनी बॉडी नाल अन्याय है ते बॉडी दे उत्ते तशद्दुद है जिस चीज नू शरीर करना चाहुंदा हुण आपां ये तीन चार तरह की गल देख ली है कि रनिंग नोज छिक्का होनी है बलगम खांसी इन्होंने चीजा जो अभी दवा खाधी है तो की किया
ਉਹ ਵੇਸਟੇਜ ਉਹ ਗੰਦਗੀ ਜਿਹੜੇ ਸਾਡੇ ਸਰੀਰ ਦੇ ਬਾਹਰ ਕੱਢਣੀ ਸੀ ਉਹ ਸਾਡੇ ਸਰੀਰ ਦੇ ਅੰਦਰ ਹੀ ਰਹੀ ਹੈ ਅੰਦਰ ਹੀ ਰਹੀ ਜੀ ਤੇ ਤੁਸੀਂ ਅੱਗੇ ਦੇਖੋਗੇ ਮਤਲਬ ਜਿਹੜਾ ਦਮਾ ਹੈ ਜਿਹਨੂੰ ਆਪਾਂ ਸਾਹ ਲੈ ਤੁਸੀਂ ਦੇਖੇ ਹੋਣਗੇ ਲੋਕ ਦਮੇ ਵਾਲੇ ਕਿੱਦਾਂ ਖਿੱਚ ਖਿੱਚ ਕੇ ਸਾਹ ਲੈਂਦੇ ਨੇ ਅਸਥਮਾ ਜਿਹਨੂੰ ਕਹਿੰਦੇ ਆ ਅਸਥਮਾ ਐਵੇਂ ਨੀ ਹੁੰਦਾ ਜਦੋਂ ਤੁਸੀਂ ਲਗਾਤਾਰ ਬਾਡੀ ਨੂੰ ਦਵਾਈਆਂ ਲੈ ਲੈ ਕੇ ਨਜ਼ਲਾ ਜ਼ੁਕਾਮ ਦਾ ਇਲਾਜ ਕਰਦੇ ਹੋ ਉਸ ਤੋਂ ਬਾਅਦ ਇਹ ਪੋਜੀਸ਼ਨ ਆਉਂਦੀ ਹੈ ਕਿ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਲੰਗਸ ਤੱਕ ਪਹੁੰਚਦੀਆਂ ਨੇ ਤੁਹਾਡੇ ਲੰਗਸ ਨੂੰ ਲਗਾਤਾਰ ਡੈਮੇਜ ਕਰਦੀਆਂ ਨੇ ਤੁਹਾਡੇ ਲੰਗਸ ਕੰਪਰੋਮਾਈਜ਼ ਹੋ ਜਾਂਦੇ ਨੇ ਸਾਹ ਲੈਣ ਦਿੱਕਤ ਆਉਂਦੀ ਜੀ ਮਤਲਬ ਇਹ ਸਾਡਾ ਆਪਾਂ ਇਹ ਦੇਖ ਲਈਏ ਜੇ ਕਿਸੇ ਨੂੰ ਅਸਥਮਾ ਹੋਇਆ ਤਾਂ ਉਹਦੀ ਹਿਸਟਰੀ ਦੇਖੋਗੇ ਤਾਂ ਲਾਜ਼ਮੀ ਹੈ ਕਿ ਤੁਹਾਡੇ ਜ਼ੁਕਾਮ ਦੀ ਦਵਾ ਖਾਧੀ ਹੋਏਗੀ ਉਸਨੇ ਉਸ ਵੇਸਟੇ ਨੂੰ ਅੰਦਰ ਰੱਖਿਆ ਤਾਂ ਹੀ ਉਹਨੂੰ ਅਸਥਮਾ ਹੋਇਆ ਹੁਣ ਇਸ ਤੋਂ ਬਾਅਦ ਆਪਾਂ ਇਹ ਤਾਂ ਸਾਡੇ ਸਾਹ ਵਾਲਾ ਮਤਲਬ ਮਾਮਲਾ ਹੋ ਗਿਆ ਮੰਨ ਲਓ ਤੁਸੀਂ ਕਿਤੇ ਬਾਹਰ ਜਾਂਦੇ ਹੋ ਕਿਸੇ ਢਾਬੇ ਦੇ ਉੱਤੇ ਰੋਟੀ ਖਾਧੀ ਉਹਨੇ ਤੁਹਾਨੂੰ ਨੀ ਪਤਾ ਉਹਨੇ ਉੱਥੇ ਦੇਹੀ ਸਬਜ਼ੀ ਨੂੰ ਤੜਕਾ ਲਾਇਆ ਵਧੀਆ ਤਰੀਕੇ ਨਾਲ ਬਣਾ ਕੇ ਤੁਹਾਡੇ ਮੂਹਰੇ ਰੱਖ ਦਿੱਤੀ ਤੁਸੀਂ ਸਵਾਦ ਸਵਾਦ ਚ ਖਾ ਗਏ ਤੁਹਾਨੂੰ ਨੀ ਪਤਾ ਲੱਗਾ ਕਿ ਇਹ ਖਰਾਬ ਹੈ ਸਬਜ਼ੀ ਇਹ ਦੇਹੀ ਹੈ ਲੇਕਿਨ ਤੁਹਾਡੀ ਬਾਡੀ ਇੰਨੀ ਇੰਟੈਲੀਜੈਂਟ ਹੈ ਉਹਨੂੰ ਪਤਾ ਲੱਗ ਜਾਂਦਾ ਬਿਲਕੁਲ ਸਹੀ ਹੈ ਜੀ ਉਹਨੂੰ ਇਹ ਸਮਝ ਆ ਜਾਂਦੀ ਹੈ ਬ੍ਰੇਨ ਸਾਡਾ ਐਕਟਿਵ ਹੋ ਜਾਂਦਾ ਕਿ ਅਗਰ ਇਹ ਖਾਣਾ ਡਾਈਜੈਸਟ ਹੋ ਗਿਆ ਇਹਦੇ ਇਨਗਰੀਡੀਐਂਟ ਬਲੱਡ ਚ ਚਲੇ ਗਏ ਤਾਂ ਇਹ ਖਰਾਬ ਕਰਨਗੇ ਸਾਡੇ ਸੈੱਲਾਂ ਨੂੰ ਬਿਮਾਰ ਕਰਨਗੇ ਬਾਡੀ ਤੁਰੰਤ ਡਿਸੀਜਨ ਲੈਂਦੀ ਹੈ ਕਿ ਵੋਮਿਟਿੰਗ ਕ੍ਰੀਏਟ ਕੀਤੀ ਜਾਵੇ ਇਹਨੂੰ ਬਾਹਰ ਕੱਢਿਆ ਜਾਵੇ ਹੁਣ ਤੁਸੀਂ ਇੱਕ ਗੱਲ ਧਿਆਨ ਚ ਰੱਖੋਗੇ ਕਿ ਵੋਮਿਟਿੰਗ ਜਦੋਂ ਬਾਡੀ ਕ੍ਰੀਏਟ ਕਰਦੀ ਹੈ ਸਾਡੀ ਖਾਣੇ ਵਾਲੀ ਨਾਲੀ ਤੇ ਮੇਦੇ ਦੇ ਵਿਚਾਲੇ ਇੱਕ ਵਾਲਵ ਹੁੰਦਾ ਜਿਹੜਾ ਥੱਲੇ ਨੂੰ ਖੁੱਲਦਾ ਜੇ ਤੁਸੀਂ ਰੱਜ ਕੇ ਖਾਣਾ ਖਾ ਕੇ ਸਿਰ ਭਰ ਖੜੇ ਹੋ ਜਾਂਦੇ ਤਾਂ ਖਾਣਾ ਵਾਪਸ ਨਹੀਂ ਆਉਂਦਾ ਲੇਕਿਨ ਜਦੋਂ ਬਾਡੀ ਵੋਮਿਟਿੰਗ ਕ੍ਰੀਏਟ ਕਰਦੀ ਹੈ ਤਾਂ ਬਾਡੀ ਉਸ ਵਾਲਵ ਨੂੰ ਉਲਟਾ ਖੋਲਦੀ ਹੈ ਕਿਉਂਕਿ ਬਾਹਰ ਕੱਢਣਾ ਹੁੰਦਾ ਤੇ ਬਾਡੀ ਤੁਸੀਂ ਦੇਖੋਗੇ ਕਿ ਜਦੋਂ ਖਾਣਾ ਖਾਧਾ ਪਾਣੀ ਇੱਕ ਗਲਾਸ ਪੀਤਾ ਸੀ ਜਦੋਂ ਵੋਮਿਟਿੰਗ ਹੋ ਰਹੀ ਹੈ 5 ਗਲਾਸ 6 ਗਲਾਸ ਪਾਣੀ ਦੇ ਬਾਹਰ ਆ ਰਹੇ ਨੇ ਪਾਣੀ ਕਿੱਥੋਂ ਆਇਆ ਵੋਮਿਟਿੰਗ ਨੂੰ ਕ੍ਰੀਏਟ ਕਰਨ ਲਈ ਬਾਡੀ ਜਿਹੜੀ ਹੈ ਬਾਕੀ ਆਰਗਨ ਤੋਂ ਪਾਣੀ ਉਡਾਰਾ ਲੈਂਦੀ ਹੈ ਉਸ ਪਾਣੀ ਦੀ ਜ਼ਰੂਰਤ ਹੈ ਬਾਡੀ ਨੂੰ ਤੇ ਉਹਦੇ ਨਾਲ ਉਹ ਖਾਣੇ ਨੂੰ ਬਾਹਰ ਕੱਢਦੀ ਹੈ ਤੇ ਇੱਕ ਹੋਰ ਮਤਲਬ ਇੱਕ ਲੂਬਰੀਕੈਂਟ ਇੱਕ ਚਿਪਕਾ ਜਿਹਾ ਪਦਾਰਥ ਪੈਦਾ ਕੀਤਾ ਜਾਂਦਾ ਬਾਡੀ ਵੱਲੋਂ ਤਾਂ ਕਿ ਸਾਡਾ ਫੂਡ ਪਾਈਪ ਜਦੋਂ ਖਾਣਾ ਬਾਹਰ ਜਾਣਾ ਫੂਡ ਪਾਈਪ ਨੂੰ ਕੋਈ ਨੁਕਸਾਨ ਨਾ ਹੋਵੇ ਮਤਲਬ ਇੱਕ ਵੋਮਿਟਿੰਗ ਕ੍ਰੀਏਟ ਕਰਨ ਲਈ ਬਾਡੀ ਨੂੰ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ ਬਹੁਤ ਸਾਰੇ ਫੰਕਸ਼ਨ ਕਰਨੇ ਪੈਂਦੇ ਨੇ ਤੇ ਅਸੀਂ ਜਦੋਂ ਵੋਮਿਟਿੰਗ ਦੀ ਸੈਂਸੇਸ਼ਨ ਹੁੰਦੀ ਹੈ ਉਦੋਂ ਹੀ ਕੋਈ ਨਾ ਕੋਈ ਜੁਗਾੜ ਕਰਦੇ ਹਾਂ ਕਿ ਇਹਨੂੰ ਨਾ ਆਉਣ ਦਿੱਤਾ ਜਾਵੇ ਇਹਨੂੰ ਰੋਕਿਆ ਜਾਵੇ ਪਰ ਅਸਲ ਚ ਕੀ ਹੈ ਕਿ ਸਾਡਾ ਸਰੀਰ ਉਸ ਖਾਣੇ ਨੂੰ ਡਾਈਜੈਸਟ ਨਹੀਂ ਕਰਨਾ ਚਾਹੁੰਦਾ ਲੇਕਿਨ ਅਸੀਂ ਕੋਈ ਨਾ ਕੋਈ ਜੁਗਾੜ ਚਾਹੇ ਨਿੰਬੂ ਵਾਲਾ ਪਾਣੀ ਪੀਂਦੇ ਹਾਂ ਨਿੰਬੂ ਕੱਟਦੇ ਨੇ ਕੁਛ ਲੋਕ ਤਾਂ ਕਿ ਉਹਨਾਂ ਨੂੰ ਵੋਮਿਟਿੰਗ ਨਾ ਹੋਵੇ ਜਾਂ ਕੋਈ ਦਵਾ ਲੈ ਲੈਂਦੇ ਨੇ ਲੇਕਿਨ ਅਲਟੀਮੇਟਲੀ ਫਿਰ ਅਸੀਂ ਕੀ ਕੀਤਾ ਇੱਕ ਗੰਦਗੀ ਸੀ ਸਾਡੇ ਅੰਦਰ ਜਿਹਨੂੰ ਬਾਡੀ ਬਾਹਰ ਕੱਢਣਾ ਚਾਹੁੰਦੀ ਸੀ ਉਹਨੂੰ ਅਸੀਂ ਬਾਹਰ ਨਹੀਂ ਜਾਣ ਦਿੱਤਾ ਸਾਡੇ ਅੰਦਰ ਹੀ ਰਹਿ ਗਈ ਹੁਣ ਇੱਕ ਇੱਕ ਰਾਈਟਰ ਨੇ ਉਹ ਤਾਂ ਇਹ ਲਿਖਦੇ ਨੇ ਕਹਿੰਦੇ ਵੀ ਅਗਰ ਤੁਸੀਂ ਕਿਸੇ ਬੰਦੇ ਦੇਖੋ ਬਹੁਤ ਮਤਲਬ ਥੋੜੀ ਗੰਦੀ ਜਿਹੀ ਗੱਲ ਕਰਨ ਲੱਗਿਆ ਮੈਂ ਤੁਸੀਂ ਕਿਸੇ ਬੰਦੇ ਨੂੰ ਕਹੋ ਵੀ ਜਿਹੜੀ ਵੋਮਿਟਿੰਗ ਹੋਏ ਹੋਏ ਕੀਤੀ ਇਹਨੂੰ ਦੁਬਾਰਾ ਖਾ ਕੇ ਦਿਖਾ ਕੋਈ ਖਾ ਨਹੀਂ ਸਕਦਾ ਪਰ ਜੇ ਤੁਸੀਂ ਵੋਮਿਟਿੰਗ ਨੂੰ ਰੋਕਿਆ ਵੋਮਿਟਿੰਗ ਨੂੰ ਆਉਣ ਤੋਂ ਰੋਕਣਾ ਤੇ ਕਰਕੇ ਖਾਣਾ ਇੱਕੋ ਹੀ ਗੱਲ ਹੈ ਮਤਲਬ ਉਹੀ ਗੰਦਗੀ ਹੈ ਜਿਹੜੀ ਬਾਡੀ ਨੇ ਬਾਹਰ ਕੱਢੀ ਹੈ ਜੇ ਤੁਸੀਂ ਉਹਨੂੰ ਦੁਬਾਰਾ ਖਾ ਨਹੀਂ ਸਕਦੇ ਤਾਂ ਜਿਹੜੀ ਉਹ ਅੰਦਰ ਰਹਿ ਗਈ ਤਾਂ ਇਹਦਾ ਮਤਲਬ ਤੁਸੀਂ ਉਸ ਵੋਮਿਟਿੰਗ ਨੂੰ ਅੰਦਰ ਹੀ ਰੱਖ ਲਿਆ ਮਤਲਬ ਵੋਮਿਟਿੰਗ ਕਰਨਾ ਤੇ ਕਰਕੇ ਵੋਮਿਟਿੰਗ ਕਰਨ ਨੂੰ ਰੋਕਣਾ ਤੇ ਕਰਕੇ ਖਾਣਾ ਇੱਕੋ ਹੀ ਗੱਲ ਹੈ ਅੱਛਾ ਇਹਦੇ ਵਿੱਚ ਇੱਕ ਛੋਟਾ ਜਿਹਾ ਸਵਾਲ ਹੈ ਖੈਰ ਮੇਰਾ ਇੱਕ ਕਿਸੇ ਦਾ ਸਵਾਲ ਨਹੀਂ ਆਇਆ ਬਟ ਮੇਰਾ ਇੱਕ ਸਵਾਲ ਹੈ ਕਿ ਇੱਕ ਤਾਂ ਸੀ ਕਿ ਆਪਣੇ ਆਪ ਜਦੋਂ ਸਰੀਰ ਨੂੰ ਪਤਾ ਲੱਗਦਾ ਕਿ ਇਹ ਚੀਜ਼ਾਂ ਅਸੀਂ ਨਹੀਂ ਰੱਖਣੀਆਂ ਤੇ ਇਹਨੂੰ ਬਾਹਰ ਕੱਢਣਾ ਚਾਹੇ ਉਹ ਸਾਡੇ ਜ਼ੁਕਾਮ ਦੇ ਜ਼ਰੀਏ ਸਾਨੂੰ ਨੱਕ ਦੇ ਥਰੂ ਬਾਹਰ ਕੱਢਦੇ ਆ ਤੇ ਜਿਵੇਂ ਤੁਸੀਂ ਹੁਣ ਕਿਹਾ ਕਿ ਵੋਮਿਟਿੰਗ ਦੇ ਜ਼ਰੀਏ ਉਹ ਸਾਡਾ ਬਾਹਰ ਕੱਢਦੇ ਆ ਹਨਾ ਬਟ ਇਹਦੇ ਵਿੱਚ ਇੱਕ ਚੀਜ਼ ਮੈਂ ਐਡ ਕਰਾਂ ਮੈਂ ਨਾ ਬਹੁਤ ਸਾਰੇ ਲੋਕਾਂ ਨੂੰ ਸੁਣਿਆ ਵੀ ਹੈ ਤੇ ਕਰਦੇ ਵੀ ਆ ਇਹ ਉਪਾਅ
ਕਿ ਉਹ ਮਾਰਨਿੰਗ ਅਰਲੀ ਮਾਰਨਿੰਗ ਉੱਠਣਗੇ ਤਾਂ ਉੱਠਣ ਸਾਰ ਮਤਲਬ ਥੋੜਾ ਚਿਰ 5 ਤੋਂ 7 ਮਿੰਟ ਦਾ ਸਮਾਂ ਬੈਠਣਗੇ ਉਸ ਤੋਂ ਬਾਅਦ ਗੁਨਗੁਨਾ ਪਾਣੀ ਪੀਣਗੇ 4 ਤੋਂ 5 ਗਲਾਸ ਜਿੰਨੇ ਉਹ ਪੀ ਸਕਦੇ ਆ ਫਿਰ ਉਸ ਤੋਂ ਬਾਅਦ ਬ੍ਰਸ਼ ਕਰਕੇ ਉਸ ਨੂੰ ਸਾਰੇ ਨੂੰ ਬਾਹਰ ਕੱਢਣਾ ਆ ਤਾਂ ਉਹ ਓਬਵੀਅਸਲੀ ਨਿਕਲਦਾ ਵੀ ਹੈ ਮੈਂ ਕਦੇ ਕਿਸੇ ਨਾਲ ਇੱਦਾਂ ਮੈਨੂੰ ਐ ਹੋਇਆ ਸੀ ਨਹੀਂ ਨਿਕਲ ਸਕਦਾ ਤਾਂ ਉਹ ਕਹਿੰਦੇ ਵੀ ਤੁਸੀਂ ਇੱਦਾਂ ਪੀਓ ਤੇ ਇਹਨੂੰ ਇੱਦਾਂ ਬਾਹਰ ਕੱਢੋ ਰਾਤ ਦਾ ਜੋ ਅਣਪਚਿਆ ਭੋਜਨ ਹੈ ਜੋ ਉਹਦੇ ਦੁਆਰਾ ਬਣੀ ਕੋਈ ਜ਼ਹਿਰ ਹੈ ਜਿਹਨੂੰ ਅਸੀਂ ਤੇਜ਼ਾਬ ਦਾ ਵੀ ਰੂਪ ਕਹਿ ਦਿੰਦੇ ਹਾਂ ਹਨਾ ਤਾਂ ਉਹ ਕਹਿੰਦੇ ਬਾਹਰ ਨਿਕਲਦਾ ਡਬਲ ਜਿਵੇਂ ਹੁਣ ਮੈਂ ਸੁਣ ਰਹੀ ਸੀ ਤੁਸੀਂ ਕਹਿ ਰਹੇ ਸੀ ਕਿ 1 ਗਲਾਸ ਪੀਂਦੇ ਆ ਤਾਂ ਜਦੋਂ ਪ੍ਰੋਬਲਮ ਹੁੰਦੀ ਹੈ ਸਾਨੂੰ ਹਨਾ ਉਲਟੀਆਂ ਲੱਗਦੀਆਂ ਨੇ ਬੱਚਿਆਂ ਨੂੰ ਛੋਟਿਆਂ ਨੂੰ ਦੇਖਿਆ ਤਾਂ ਕਿੰਨਾ ਕਿੰਨਾ ਪਾਣੀ ਬਾਹਰ ਨਿਕਲਦਾ ਜਦਕਿ ਉਹਨੇ 2 ਘੁੱਟਾਂ ਪਾਣੀ ਪੀਤਾ ਹੁੰਦਾ ਤਾਂ ਮੈਂ ਉਹ ਚੀਜ਼ ਨੂੰ ਖੁਦ 1 ਵਾਰ 2 ਵਾਰ ਕਰਕੇ ਵੀ ਦੇਖਿਆ ਕਿ ਅਗਰ 2 ਗਲਾਸ ਤੁਸੀਂ ਪਾਣੀ ਦੇ ਅੰਦਰ ਲੈ ਕੇ ਜਾਂਦੇ ਹੋ ਤਾਂ ਜਦੋਂ ਤੁਸੀਂ ਉਹਨੂੰ ਬ੍ਰਸ਼ ਦੇ ਜ਼ਰੀਏ ਮਾਰਨਿੰਗ ਬ੍ਰਸ਼ ਕਰਕੇ ਬਾਹਰ ਕੱਢਦੇ ਹੋ ਤਾਂ ਸੱਚੀ 4 ਤੋਂ 5 ਗਲਾਸ ਮੰਨ ਕੇ ਚੱਲੋ ਕਿ ਬਾਹਰ ਆਉਂਦਾ ਆ ਔਰ ਜੋ ਉਹ ਕਹਿ ਰਹੇ ਸੀ ਕਿ ਅਣਪਚਿਆ ਭੋਜਨ ਹਨਾ ਉਸਦਾ ਜ਼ਹਿਰ ਜੋ ਬਣਿਆ ਹੁੰਦਾ ਉਹ ਵੀ ਬਾਹਰ ਆਉਂਦਾ ਕਿ ਇਹ ਕਰਨਾ ਸਹੀ ਹੁੰਦਾ ਕਿ ਅਸੀਂ ਇੱਕ ਸਿਰਫ ਆਪਣੀ ਸੰਤੁਸ਼ਟੀ ਦੇ ਲਈ ਕਰਦੇ ਕਿ ਠੀਕ ਹੈ ਸਾਡਾ ਗਲਾ ਖੁਸ਼ ਹੋ ਜਾਂਦਾ ਹੈ ਜੀ ਨੈਚੁਰੋਪੈਥੀ ਦੇ ਵਿੱਚ ਇਹਨੂੰ ਪੁੰਜਲ ਕਿਰਿਆ ਕਿਹਾ ਜਾਂਦਾ ਹੈ ਜੀ ਇਹ ਮਤਲਬ 2 ਤਰੀਕੇ ਨੇ ਇੱਕ ਨੈਚੁਰੋਪੈਥੀ ਦੇ ਵਿੱਚ ਜਦੋਂ ਵੀ ਟ੍ਰੀਟਮੈਂਟ ਸਟਾਰਟ ਕੀਤਾ ਜਾਂਦਾ ਤਾਂ ਪੇਸ਼ੈਂਟ ਨੂੰ ਕਿਹਾ ਜਾਂਦਾ ਕਿ ਇੱਕ ਤਾਂ ਇਹ ਖਾਣੇ ਵਾਲਾ ਰਸਤਾ ਇਹਨੂੰ ਕਲੀਨ ਕਰਨਾ ਹੈ ਸਵੇਰੇ ਉੱਠ ਕੇ ਪਾਣੀ ਪੀਓ ਰੱਜ ਕੇ ਇੱਕ ਜੱਗ ਭਰ ਕੇ ਇੱਧਰ ਜਿੰਨਾ ਵੀ 5-6 ਗਲਾਸ ਪਾਣੀ ਪੀਓ ਉਸ ਤੋਂ ਬਾਅਦ ਗਲੇ ਚ ਉਂਗਲ ਮਾਰ ਕੇ ਤੁਸੀਂ ਉਹਨੂੰ ਬਾਹਰ ਕੱਢਣਾ ਉਹਦੇ ਨਾਲ ਤੁਹਾਡੀ ਇਸ ਮੇਦੇ ਦੀ ਸਫਾਈ ਹੋ ਜਾਂਦੀ ਹੈ ਤੇ ਦੂਸਰਾ ਹੁੰਦਾ ਐਨੀਮਾ ਜੀ ਐਨੀਮਾ ਲੈਣ ਨਾਲ ਤੁਹਾਡਾ ਜੋ ਜਿਹੜਾ ਆਊਟਲੈਟ ਹੈ ਮਤਲਬ ਕੋਲਨ ਹੈ ਉਹ ਸਾਫ਼ ਹੋ ਜਾਂਦੀ ਹੈ ਇਹ 2 ਚੀਜ਼ਾਂ ਨੈਚੁਰੋਪੈਥੀ ਦੇ ਵਿੱਚ ਆਮ ਤੌਰ ਤੇ ਦੱਸੀਆਂ ਕਹੀਆਂ ਜਾਂਦੀਆਂ ਨੇ ਇਹ ਅੱਛਾ ਹੈ ਜੇ ਤੁਸੀਂ ਇਹ ਕਰ ਲੈਂਦੇ ਹੋ ਕੁਛ ਲੋਕ ਨਹੀਂ ਕਰ ਪਾਉਂਦੇ ਜਿਹੜੇ ਲੋਕ ਕਰ ਪਾਉਂਦੇ ਨੇ ਉਹਨਾਂ ਲਈ ਚੰਗੀ ਚੀਜ਼ ਹੈ ਬੈਨੀਫਿਸ਼ੀਅਲ ਹੈ ਅਗਰ ਤੁਸੀਂ ਖੁਦ ਪਾਣੀ ਪੀ ਕੇ ਉਹਨੂੰ ਬਾਹਰ ਕੱਢ ਦਿੰਦੇ ਹੋ ਤਾਂ ਇਹ ਚੰਗੀ ਚੀਜ਼ ਹੈ ਇਹਨੂੰ ਬੁਰਾ ਨਹੀਂ ਕਿਹਾ ਜਾਂਦਾ ਕਲੀਨਿੰਗ ਦਾ ਇੱਕ ਤਰੀਕਾ ਹੈ ਇਹ ਡੇਲੀ ਹੈ ਕਿ ਬੰਦਾ ਇਹਨੂੰ ਹਫਤੇ 'ਚ 1 ਵਾਰ ਕਰੇ ਜਾਂ ਮਹੀਨੇ 'ਚ 2 ਵਾਰ ਕਰੇ ਮਤਲਬ ਕਿ ਅਸੀਂ ਡੇਲੀ ਕਰ ਸਕਦੇ ਹਾਂ ਮਤਲਬ ਕੋਈ ਪ੍ਰੋਬਲਮ ਨਾ ਆਵੇ ਸਾਨੂੰ ਹਨਾ ਕੋਈ ਪ੍ਰੋਬਲਮ ਨਹੀਂ ਜੀ ਡੇਲੀ ਵੀ ਕਰਦੇ ਹੋ ਤੁਸੀਂ ਕੋਈ ਪ੍ਰੋਬਲਮ ਨਹੀਂ ਲੇਕਿਨ ਪਾਣੀ ਤੁਹਾਨੂੰ ਜ਼ਿਆਦਾ ਪੀਣਾ ਪਏਗਾ ਦੇਖੋ ਜਦੋਂ ਬਾਡੀ ਵੋਮਿਟ ਕਰਦੀ ਹੈ ਉਦੋਂ ਉਹ ਪਾਣੀ ਮਤਲਬ ਜਿਵੇਂ ਤੁਸੀਂ ਗੱਲ ਕਹੀ ਹੈ ਤੇ 2 ਗਲਾਸ ਪੀਤੇ 5 ਨਿਕਲਣਗੇ ਬਾਹਰ ਬਾਡੀ ਪਾਣੀ ਰੇਜ਼ ਕਰਦੀ ਹੈ ਫੋਰਸ ਨਾਲ ਬਾਹਰ ਕੱਢਣਾ ਹੁੰਦਾ ਉਹ ਤਾਂ ਫਿਰ ਤੁਹਾਡੀ ਬਾਡੀ 'ਚ ਪਾਣੀ ਦੀ ਕਮੀ ਨਾ ਆ ਜਾਏ ਇਸ ਗੱਲ ਦਾ ਧਿਆਨ ਤੁਹਾਨੂੰ ਰੱਖਣਾ ਪਏਗਾ ਤੁਹਾਨੂੰ ਪਾਣੀ ਉਹ ਤੋਂ ਬਾਅਦ ਵੀ ਪੀਣਾ ਪਏਗਾ ਜੀ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਬਿਲਕੁਲ ਤੇ ਆਪਾਂ ਅੱਗੇ ਚੱਲਦੇ ਹਾਂ ਹਾਂਜੀ ਅੱਗੇ ਚੱਲਦੇ ਆਪਾਂ ਇਹਨਾਂ ਦਾ ਇਲਾਜ ਸਾਰੀਆਂ ਚੀਜ਼ਾਂ ਦਾ ਮੈਂ ਬਾਅਦ ਚ ਗੱਲ ਕਰਦਾ ਪਹਿਲਾਂ ਆਪਾਂ ਇਹਨਾਂ ਨੂੰ ਸਮਝ ਲਈਏ ਵੋਮਿਟਿੰਗ ਕੀ ਹੁੰਦੀ ਹੈ ਕਿਉਂ ਹੁੰਦੀ ਹੈ ਹੁਣ ਦੂਸਰਾ ਜਿਹੜਾ ਤਰੀਕਾ ਹੈ ਆਪਾਂ ਵੋਮਿਟਿੰਗ ਨੂੰ ਰੋਕਦਾ ਦਵਾਈ ਖਾ ਲਈ ਵੋਮਿਟਿੰਗ ਨੂੰ ਰੋਕਦਾ ਉਹ ਖਾਣਾ ਪਚਿਆ ਉਹਦੇ ਇਨਗਰੀਡੀਐਂਟ ਅਲੱਗ ਅਲੱਗ ਸੈੱਲਾਂ ਨੇ ਯੂਜ਼ ਕੀਤੇ ਘਟੀਆ ਕੁਆਲਿਟੀ ਦੇ ਇਨਗਰੀਡੀਐਂਟ ਸੀ ਉਹਦੇ ਨਾਲ ਤੁਹਾਨੂੰ ਪੇਟ ਕੁਛ ਵੀ ਬਿਮਾਰੀ ਅੱਗੇ ਪਤਾ ਨੀ ਕਿਹੜੇ ਆਰਗਨ ਦੇ ਸੈੱਲਾਂ ਨੇ ਇਸਤੇਮਾਲ ਕੀਤੇ ਉਹ ਆਰਗਨ ਦੇ ਸੈੱਲ ਖਰਾਬ ਬਿਮਾਰ ਹੋਣਾ ਸ਼ੁਰੂ ਹੋ ਗਿਆ ਅੱਛਾ ਹੁਣ ਕਈ ਵਾਰ ਕੀ ਹੁੰਦਾ ਵੀ ਅਸੀਂ ਬਹੁਤ ਸਾਰਾ ਮੈਦੇ ਦਾ ਇਸਤੇਮਾਲ ਕਰਦੇ ਹਾਂ ਬਿਸਕਿਟ ਬ੍ਰੈਡ ਅਲੱਗ ਅਲੱਗ ਤਰ੍ਹਾਂ ਦੀਆਂ ਘੱਟ ਫਾਈਬਰ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਤਾਂ ਸਾਡਾ ਜਿਹੜਾ ਸਟੂਲ ਹੈ ਉਹ ਬਹੁਤ ਹਾਰਡ ਹੋ ਜਾਂਦਾ ਤੇ ਜਦੋਂ ਉਹ ਹਾਰਡ ਹੋ ਜਾਂਦਾ ਉਹ ਪੈਸੇਜ ਬਲੌਕ ਹੋ ਜਾਂਦਾ ਤਾਂ ਬਾਡੀ ਉਹਨੂੰ ਕਲੀਨ ਕਰਨ ਦਾ ਇੱਕ ਤਰੀਕਾ ਹੈ ਬਾਡੀ ਕੋਲੇ ਤੇ ਲੂਜ਼ ਮੋਸ਼ਨ ਕ੍ਰੀਏਟ ਕਰਦੀ ਹੈ ਬਾਡੀ ਅੱਛਾ ਅਸੀਂ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਜੀ ਜਦੋਂ ਹੀ ਕਿਸੇ ਵਿਅਕਤੀ ਨੂੰ ਲੂਜ਼ ਮੋਸ਼ਨ ਹੁੰਦਾ ਤਾਂ ਉਹ ਇਹ ਗੱਲ ਨਹੀਂ ਸਮਝਦਾ ਕਿ ਇਹ ਮੇਰਾ ਸਰੀਰ ਆਪਣੀ ਸਫਾਈ ਕਰ ਰਿਹਾ ਉਹ ਦੌੜ ਕੇ ਡਾਕਟਰ ਕੋਲ ਜਾਂਦਾ ਬਿਲਕੁਲ ਜਾਂਦੀ ਹੈ ਜੀ ਹਾਂਜੀ ਸਾਨੂੰ ਇਹ ਲੱਗਦਾ ਵੀ ਇਹ ਸਾਡੇ ਨਾਲ ਗਲਤ ਹੋ ਰਿਹਾ ਅਸੀਂ ਇਸ ਡਿਸ ਈਜ਼ ਨੂੰ ਡਿਜ਼ੀਜ਼ ਸਮਝ ਲੈਂਦੇ ਸਾਨੂੰ ਲੱਗਦਾ ਵੀ ਪੇਟ ਦੇ ਇਨਫੈਕਸ਼ਨ ਹੋ ਗਈ ਹੈ ਲੂਜ਼ ਮੋਸ਼ਨ ਲੱਗ ਗਏ ਨੇ ਪਤਾ ਨਹੀਂ ਕੀ ਹੋਣਾ ਹੈ ਹੁਣ ਮੇਰੇ ਨਾਲ ਚਲੋ ਫਟਾਫਟ ਜਾ ਕੇ ਦਵਾਈ ਲੈ ਜੀ ਇੱਕ ਗੱਲ ਸਾਨੂੰ ਅੰਤ ਸਮਝ ਲੈਣੀ ਚਾਹੀਦੀ ਹੈ ਚਾਹੇ ਜੋ ਜੋ ਚੀਜ਼ ਸਾਡੇ ਨੱਕ ਚੋਂ ਬਾਹਰ ਆ ਰਹੀ ਹੈ ਜੋ ਚੀਜ਼ ਸਾਡੇ ਵੋਮਿਟਿੰਗ ਚ ਬਾਹਰ ਆ ਰਹੀ ਹੈ ਜੋ ਚੀਜ਼ ਸਾਡੇ ਲੂਜ਼ ਮੋਸ਼ਨ ਚ ਬਾਹਰ ਆਈ ਹੈ ਦੈਟ ਇਜ਼ ਜਸਟ ਵੇਸਟੇਜ ਉਹ ਵੇਸਟੇਜ ਤੋਂ ਇਲਾਵਾ ਹੋਰ ਕੁਛ ਨਹੀਂ ਹੈ ਜੀ ਤੇ ਉਹਦਾ ਬਾਹਰ ਜਾਣਾ ਹੀ ਠੀਕ ਹੈ ਉਹਨੂੰ ਅੰਦਰ ਰੋਕਣਾ ਕੋਈ ਲੌਜਿਕ ਨਹੀਂ ਹੈ ਇਸ ਗੱਲ ਦਾ ਕਿ ਉਸ ਚੀਜ਼ ਨੂੰ ਅੰਦਰ ਰੋਕਿਆ ਜਾਵੇ ਜੀ ਤੇ ਕੋਈ ਵੀ ਤੁਸੀਂ ਐਲੋਪੈਥੀ ਸਿਸਟਮ ਦੇ ਵਿੱਚ ਜਾਓਗੇ ਮੰਨ ਲਓ ਲੂਜ਼ ਮੋਸ਼ਨ ਹੈ ਕਿਸੇ ਨੂੰ ਤੁਸੀਂ ਡਾਕਟਰ ਕੋਲ ਜਾਓਗੇ ਤਾਂ ਉਹ ਇਹ ਨਹੀਂ ਕਹੇਗਾ ਕਿ ਭਾਈ ਤੂੰ ਘਰ ਜਾ ਪਾਣੀ ਪੀ
अपने पानी की कमी ना हो नहीं ते आपे हट जाने जी सही है तो दवा देगा बिल्कुल किसी भी काम नहीं जाना क्योंकि हम डॉक्टर तो अपनी दुकान खोल के बैठा जो कम है पेशेंट आएगा जो ओनू आ चीजा समझाने लग जाएगा भुखा मरेगा वो बॉडी नक राही वेस्ट बाहर कर रहे थी बंद करती बॉडी वॉमिटिंग राही वेस्ट बाहर कर रहे थी बंद करती बॉडी लूज मोशन राही वेस्ट बाहर कर रहे थी रोक दिता बिलकुल शरीर करे की हुण अच्छा मान लो आप दूजे तरीके समझ ली घर सफाई कर रहे हो कोई बंदा तुसी गंद जो बाहर सुटन लगे कूड़ा कोई बंदा फिर अंदर सुट दिंदा कहो जी फीलिंग आएगी तुहानू जां जदो तुसी झाड़ू चक के सफाई करना शुरू कर दो कोई तुहाडे टीका लाके तुहानू बेहोश कर दिंदा जदो तुहानू होश आउंदा है वो गंदगी घट गई होएगी जां वध गई होए डेफिनेटली जो सफाई कर रहे हो तुहानू कोई बेहोश करना तीन घंटे चार घंटे बाद जो तुहानू होश आता तो गंदगी बढ़ चुकी होगी झाड़ू ना नहीं हम पाइप ला के साफ कर दे कोई बंदा फिर तुम बेहोश कर दे अच्छा मतलब तुहानू कोई सफाई करनी नहीं दे रहा कूड़ा बाहर सुटने नहीं दे रहा तो फिर बॉडी को एक हार्ड डिसीजन लेना पड़ता है वो होता है टेंपरेचर वधा के उस गंदगी नू पसीने राही बाहर कढ़ना जी जिन्हों आप बुखार कहने बुखार जी मतलब साड़ी बॉडी इन्नी इडियट नहीं है साड़ी बॉडी बहुत इंटेलिजेंट है बिना वजह अपना टेंपरेचर कभी नहीं बढ़ा जी क्यों बताएगी जी बॉडी ये डिसीजन लेंदी है कि हुण दो तीन दिन लगने ने जिहड़ा काम अगे ईजी नहीं हो जाना सी हुण ये काम औखा हो गया बॉडी टेंपरेचर बढ़ाती है जो बुखार उतरना पसीना निकलता है तुसी देखोगे बुखार के दौरान जो पसीना आता बदबू ज्यादा बुखार जो होंगे मूंह का स्वाद खराब हो जाता है क्योंकि बॉडी नहीं चाहती कि तुसी कुछ खाओ जी मूंह कौड़ा कौड़ा बॉडी की सारी फोर्स उस गंदगी सारन से लगी होंगी उस गंदगी बाहर कढ़न से लगी होंगी है जां किसी बैक्टीरिया वायरस नाल लड़न से लगी होंगी है जे तुसी उस समय खाना खाने हो तो बॉडी नूं अपनी फोर्स उधरों हटा के डाइजेशन ते लानी पैंदी है जी इस करके बॉडी अपना टेस्ट मूंह दा खराब करदी है जानबूझ के ते तुसी कुछ खाओ ना ते बुखार दे दौरान की हुंदा है जदों साडा बुखार किते 98.4 तो उपर 99 भी चलिया जांदा है तुरंत डॉक्टर कोल जांदे आ असीं बिल्कुल जी अभी होर कोई रास्ता सोचते ही नहीं है सौ चल गया बुखार एक एक चले गया सानू हुंदा इसका काम ते जाना है इसका ड्यूटी ते जाना है बुखार असीं अफोर्ड ही नहीं कर सकते डॉक्टर साहब कोई एह जा टीका लाओ ताकि बुखार दोबारा ना आए हुण तुसीं गंदगी कढ़न दा अगला आखिरी हथियार सी जिहड़ा बॉडी दा उहनू भी खत्म कर ਤੁਸੀਂ ਕਰ ਕੀ ਰਹੇ ਹੋ ਮਤਲਬ ਸਰੀਰ ਕੁਦਰਤੀ ਤੌਰ ਤੇ ਬਾਡੀ ਕੋਲ ਜਿਹੜੀ ਇੰਟੈਲੀਜੈਂਸ ਹੈ ਬਾਡੀ ਕੋਲ ਜਿਹੜੀ ਯੋਗਤਾ ਹੈ ਉਹਦਾ ਇਸਤੇਮਾਲ ਕਰਕੇ ਬਾਡੀ ਇਹ ਸਾਰੀਆਂ ਚੀਜ਼ਾਂ ਕਰ ਰਹੀ ਹੈ ਫਿਰ ਅਸੀਂ ਲਗਾਤਾਰ ਉਹਨੂੰ ਡਿਸਟਰਬ ਕਰ ਰਹੇ लूज मोशन हो जाते हैं तकरीबन ये कहा जाता है कि जेड़े केले का सेवन है ज्यादा करो बनाना तुसी ज्यादा खाओ असि बच्चा नु भी दिने जिदे करके लूज मोशन ठीक हो जाएंगे ये ठीक है या गलत पहला तो एक सवाल है जी हाँ जी देखो असल मतलब असल की है कि मैं ना एडे ते आना जी की खाना की नहीं खाना मैं अगे आऊंगा तो ज्यादा बेटर रहूंगा इन पर तीन बात करिए अगला सवाल करो अच्छा दूसरी गल बात है इसलिए मैं इंद्रजीत सिंह नू वेट किया सीगा पर मैं सोचिया कि मैं चलो सवाल रख लनी है बाद विच इनू तुसी जवाब दे विच ले आओगे मेरे नाल एक नवे साडे श्रोते जुड़े है जी कल लंघे दिन दे विच एक आईडी नौजवान एकता तो आंदे हुंदे हैगे सो इन्हां दा एक सवाल है जी इंद्रजीत सिंह जौल ने ही तो कहिंदे मैनूं खांसी आउंदी सी 2 साल पहला ठीक है
ਤੋ ਇਹਨਾਂ ਨੇ ਕੁਝ ਮੈਡੀਸਨ ਲਈ ਉਸਦੀ, ਜਿਵੇਂ ਕਿ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਅਸੀਂ ਹਰ ਚੀਜ਼ ਦੀਆਂ ਮੈਡੀਸਨ ਤਿਆਰ ਰੱਖਦੇ ਹਾਂਗੇ, ਤਾਂ ਇਹਨਾਂ ਨੇ ਦਵਾਈ ਲਈ, ਉਹ ਉਸ ਸਮੇਂ ਖਾਂਸੀ ਕਲੀਅਰ ਹੋ ਗਈ, ਠੀਕ ਹੋ ਗਈ, ਬਟ ਹੁਣ ਕਹਿੰਦੇ ਕਿ ਚਿੱਟੀ ਬਲਗਮ ਜਿਹੜੀ ਹੈ ਉਹ ਕੰਟੀਨਿਊ ਬਣਦੀ ਹੈ, ਕੰਟੀਨਿਊ ਆਉਂਦੀ ਆ, ਹਨਾ, ਤੇ ਸਾਹ ਵੀ ਜਿਹਦੇ ਨਾਲ ਔਖਾ ਹੁੰਦਾ ਹੈਗਾ, ਤੇ ਸਾਹ ਟਾਈਮ ਤਾਂ ਕਹਿੰਦੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈਗੀ। ਮਤਲਬ ਇਹ ਉਹੀ ਚੀਜ਼ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਕੁਝ ਬਾਡੀ ਜੇ ਆਪਣਾ ਕੰਮ ਕਰ ਰਹੀ ਹੈ, ਅਸੀਂ ਉਹਨੂੰ ਰੋਕਣ ਦੇ ਲਈ ਬਹੁਤ ਸਾਰੇ ਹਥਕੰਡੇ ਅਪਣਾਉਣੇ ਆ, ਤੇ ਫਿਰ ਉਹਦੇ ਵਿੱਚ ਅਸੀਂ ਆਪ ਹੀ ਉਲਝ ਜਾਂਦੇ ਹਾਂ। ਤੇ ਇਹ ਇੱਕ ਸਵਾਲ ਸੀ ਤੁਹਾਡੇ, ਹਾਂਜੀ ਇਹ ਸਵਾਲ ਸੀ ਜੀ ਅਗਲਾ। ਕਿਉਂਕਿ ਅਸਲ ਚ ਨਾ ਆਪਾਂ ਨੂੰ ਇਹ ਦੇਖਣਾ, ਆਪਾਂ ਪ੍ਰੈਕਟੀਕਲੀ ਦੇਖਾਂਗੇ, ਤੁਸੀਂ ਅਗਰ ਰਨਿੰਗ ਨੋਜ਼ ਜਦੋਂ ਤੁਹਾਨੂੰ ਜ਼ੁਕਾਮ ਹੋਇਆ ਅਗਰ ਕੋਈ ਦਵਾਈ ਨਹੀਂ ਲਓਗੇ ਤਾਂ ਤੁਹਾਨੂੰ ਰੇਸ਼ਾ ਨਹੀਂ ਹੋਏਗਾ ਜੀ, ਕਿਉਂਕਿ ਉਹ ਬਾਡੀ ਦਾ ਉਸ ਤੋਂ ਅਗਲਾ ਤਰੀਕਾ ਹੈ। ਜੇ ਬਾਡੀ ਨੱਕ ਚ ਪਾਣੀ ਵਗਾ ਕੇ ਆਪਣੇ ਸਫਾਈ ਕਰ ਲੇਗੀ ਤੇ ਫਿਰ ਉਹਨੂੰ ਬਲਗਮ ਕ੍ਰੀਏਟ ਕਰਨ ਦੀ ਲੋੜ ਹੀ ਨਹੀਂ ਹੈ, ਠੀਕ ਹੈ ਬਿਲਕੁਲ। ਅੱਛਾ ਇਸ ਤੋਂ ਬਾਅਦ ਆਪਾਂ ਬੁਖਾਰ ਨੂੰ ਵੀ ਆਪਾਂ ਮਨਾ ਕਰਤਾ, ਰੋਕ ਦਿੱਤਾ। ਹੁਣ ਤੁਸੀਂ ਇਹ ਕਲਪਨਾ ਕਰੋ ਬਈ ਤੁਹਾਨੂੰ ਕੂੜਾ ਬਾਹਰ ਸੁੱਟਣ ਨਹੀਂ ਦਿੱਤਾ ਜਾ ਰਿਹਾ, ਤੁਸੀਂ ਇਹ ਸੋਚਿਆ ਵੀ ਇਹ ਕੂੜੇ ਨੂੰ ਇਕੱਠਾ ਕਰਕੇ ਮੈਂ ਅੱਗ ਲਾ ਦੂ, ਉਹਦੀ ਸਵਾਹ ਬਣੇਗੀ, ਕਿਤੇ ਐਡਜਸਟ ਕਰ ਦਿਆਂਗੇ, ਇਹਨੂੰ ਸੁੱਟ ਦੇ, ਠੀਕ ਹੈ। ਜਦੋਂ ਤੁਸੀਂ ਉਸ ਕੂੜੇ ਨੂੰ ਅੱਗ ਲਾਉਂਦੇ ਕੋਈ ਆ ਕੇ ਉੱਪਰ ਬਾਲਟੀ ਪਾਣੀ ਦੀ ਬਾਤ ਹੁੰਦਾ, ਉਹ ਕੂੜਾ ਵੀ ਜਲਾਉਣ ਨਹੀਂ ਦਿੱਤਾ ਜਾ ਰਿਹਾ ਤੁਹਾਨੂੰ। ਹੁਣ ਤੁਸੀਂ ਕੀ ਕਰੋਗੇ? ਤੁਸੀਂ ਵੀ ਇੱਕ ਡਿਸੀਜਨ ਲੈ ਸਕਦੇ ਹੋ ਵੀ ਦੇਖੋ ਘਰ ਤਾਂ ਸਾਫ ਕਰਨਾ ਹੀ ਹੈ, ਕੂੜਾ ਮੈਨੂੰ ਬਾਹਰ ਸੁੱਟਣ ਨਹੀਂ ਦਿੱਤਾ ਜਾ ਰਿਹਾ, ਵਕਤੀ ਤੌਰ ਤੇ ਇਸ ਕੂੜੇ ਨੂੰ ਕਿਸੇ ਪੇਟੀ ਪਿੱਛੇ, ਕਿਸੇ ਅਲਮਾਰੀ ਥੱਲੇ, ਕਿਸੇ ਸੋਫੇ ਥੱਲੇ ਲੁਕੋ ਦਿਓ, ਲੁਕੋ ਦਿਓ ਬਿਲਕੁਲ, ਹੈ ਨਾ, ਘਰ ਤਾਂ ਸਾਫ ਦਿਖੇ। ਇਹੋ ਜਿਹਾ ਡਿਸੀਜਨ ਸਾਡਾ ਸਰੀਰ ਵੀ ਲੈ ਲੈਂਦਾ, ਜਦੋਂ ਅਸੀਂ ਉਹਨੂੰ ਬਾਹਰ ਨਹੀਂ ਸੁੱਟਣ ਦੇ ਰਹੇ ਗੰਦਗੀ, ਤਾਂ ਤੁਹਾਨੂੰ ਕੀ ਲੱਗਦਾ ਜੀ ਬਾਡੀ ਟਿਊਮਰ ਕਿਉਂ ਕ੍ਰੀਏਟ ਕਰਦੀ ਹੈ? ਅਸਲ ਚ ਬਾਡੀ ਇਹ ਡਿਸੀਜਨ ਲੈਂਦੀ ਹੈ ਕਿ ਇਹ ਵੇਸਟੇਜ ਜਿਹੜੀ ਹੈ ਇਹਨੂੰ ਅੰਦਰ ਹੀ ਜਮਾ ਕੀਤਾ ਜਾਵੇ, ਡੰਪ ਕੀਤਾ ਜਾਵੇ, ਤਾਂ ਬਾਡੀ ਇੱਕ ਜਗ੍ਹਾ ਚੁਣ ਲੈਂਦੀ ਹੈ, ਉੱਥੇ ਉਸ ਵੇਸਟੇਜ ਨੂੰ ਜਮਾ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਹਨੂੰ ਆਪਾਂ ਟਿਊਮਰ ਕਹਿੰਦੇ ਜੀ। ਰਸੌਲੀਆਂ ਜਿਹੜੀਆਂ ਬਣਦੀਆਂ ਨੇ ਉਹ ਅਸਲ ਚ ਵੇਸਟੇਜ ਹੁੰਦੀ ਹੈ ਜਿਹੜੀ ਬਾਡੀ ਤੋਂ ਅਸੀਂ ਬਾਹਰ ਨਹੀਂ ਜਾਣ ਦਿੰਦੇ ਜੀ। ਅੱਜ ਤੁਸੀਂ ਇਸ ਗੱਲ ਨੂੰ ਸਮਝ ਲਓਗੇ, ਅੱਜ ਤੁਸੀਂ ਇਸ ਗੱਲ ਨੂੰ ਮਤਲਬ ਕੈਂਸਰ ਦੀ ਇੱਕ ਵਜ੍ਹਾ, ਬਹੁਤ ਸਾਰੇ ਕਾਰਨ ਨੇ ਕੈਂਸਰ ਹੋਣ ਦੇ, ਕੈਂਸਰ ਹੋਣ ਦਾ ਇੱਕ ਕਾਰਨ ਇਹ ਹੈ ਕਿ ਜਦੋਂ ਤੁਸੀਂ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਲਈ ਦਵਾਈਆਂ ਖਾਂਦੇ ਹੋ ਤੇ ਕੈਂਸਰ ਦੀ ਵਜ੍ਹਾ ਬਣ ਸਕਦਾ। ਫਿਰ ਚਲੋ ਇਹ ਆਪਣੇ ਸਵਾਲ ਕੁਝ ਬਾਅਦ ਦੇ ਵੀ ਹੋਣਗੇ, ਬਟ ਮੈਨੂੰ ਲੱਗਦਾ ਵੀ ਇਸੇ ਕਰਕੇ ਔਰਤਾਂ ਦੇ ਵਿੱਚ ਜਿਹੜਾ ਬਹੁਤ ਕੈਂਸਰ ਦੀ ਪ੍ਰੋਬਲਮ ਹੈ ਜਾਂ ਕੁਛ ਵੀ ਪ੍ਰੋਬਲਮ ਆਉਂਦੀ ਹੈ, ਕੁਛ ਕਾਰਨ ਇੱਦਾਂ ਦੇ ਬਣਦੇ ਆ। ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਬਣ ਗਿਆ, ਪਰ ਮੈਂ ਕਦੇ ਉਸ ਥਾਂ ਤੇ ਜ਼ਰੂਰ ਪੁੱਛੂਗੀ ਜਿੱਥੇ ਇਸ ਦਾ ਮੈਟਰ ਬਣਦਾ ਹੋਏਗਾ ਕਿ ਇਸੇ ਕਰਕੇ ਔਰਤਾਂ ਦੇ ਵਿੱਚ ਬੱਚੇਦਾਨੀ ਦਾ ਕੈਂਸਰ ਬਹੁਤ ਜ਼ਿਆਦਾ ਬਣਦਾ ਆ, ਕਿਉਂਕਿ ਇਹ ਸਵਾਲ ਹੁਣ ਉੱਥੇ ਬਣਦੇ ਨੇ। ਜੀ ਜੀ ਬਿਲਕੁਲ। ਅੱਛਾ ਹੁਣ ਆਪਾਂ ਇਲਾਜ ਵੱਲ ਆਈਏ ਜੀ। ਹਾਂਜੀ ਇਲਾਜ ਕੀ ਆ? ਹਾਂਜੀ ਅਗਰ ਤੁਹਾਨੂੰ ਚਿੱਕਰ ਆ ਰਹੀਆਂ ਨੇ ਤਾਂ ਸਭ ਤੋਂ ਪਹਿਲਾਂ ਇਲਾਜ ਕੀ ਹੈ ਕਿ ਉਸ ਵਾਤਾਵਰਣ ਚ ਬਾਹਰ ਹੋ ਜਾਓ, ਪਾਸੇ ਹੋ ਜਾਓ। ਅੱਛਾ ਜੀ। ਜੇ ਤੁਸੀਂ ਕਿਚਨ ਚੋਂ ਮਸਾਲਾ ਭੁੱਜ ਰਿਹਾ, ਚਿੱਕਾ ਆ ਰਹੀ ਹੈ, ਤੁਰੰਤ ਉੱਥੋਂ ਬਾਹਰ ਹੋ ਜਾਓ, ਪਾਸੇ ਹੋ ਜਾਓ। ਜੇ ਮਿੱਟੀ ਉੱਡ ਰਹੀ ਹੈ ਮਤਲਬ ਤੁਹਾਨੂੰ ਚਿੱਕਾ ਆ ਰਹੀਆਂ, ਇਹਦਾ ਮਤਲਬ ਕੀ ਹੈ? ਤੁਸੀਂ ਉਸ ਜਗ੍ਹਾ ਤੋਂ ਪਾਸੇ ਹੋ ਜਾਓ, ਪਹਿਲੀ ਗੱਲ। ਦੂਸਰੀ ਗੱਲ, ਜਿੰਨੀਆਂ ਚਿੱਕਾਂ ਆਉਂਦੀਆਂ ਨੇ ਉਹਨਾਂ ਨੂੰ ਆਉਣ ਦਿੱਤਾ ਜਾਵੇ, ਖੁੱਲ ਕੇ ਪਾਸੇ ਹੋ ਜਾਓ, ਕਿਸੇ ਕੁੰਜੇ ਚਲੇ ਜਾਓ, ਜੇ ਗਰੁੱਪ ਚੋਂ ਉੱਥੋਂ ਪਾਸੇ ਹੋ ਜਾਓ। ਤੇ ਚਿੱਕਾਂ ਦਾ ਇੱਕੋ ਹੀ ਇਲਾਜ ਹੈ ਕਿ ਜਿੰਨੀ ਵਾਰ ਬਾਡੀ ਚਿੱਕ ਚਿੱਕਣਾ ਚਾਹੁੰਦੀ ਹੈ ਉਨੀ ਵਾਰ ਚਿੱਕਣ ਦਿੱਤਾ ਜਾਵੇ ਜੀ, ਹੋਰ ਕਿਸੇ ਤਰ੍ਹਾਂ ਦਾ ਕੋਈ ਇਲਾਜ ਕਰਨ ਦੀ ਜ਼ਰੂਰਤ ਨਹੀਂ। ਦੂਸਰੀ ਗੱਲ, ਨੱਕ ਚੋਂ ਅਗਰ ਪਾਣੀ ਵਗਣਾ ਸ਼ੁਰੂ ਹੁੰਦਾ ਤਾਂ ਉਸਦਾ ਇੱਕੋ ਹੀ ਇਲਾਜ ਹੈ ਕਿ ਜਿੰਨਾ ਤੁਸੀਂ ਉਸ ਪਾਣੀ ਨੂੰ ਬਾਹਰ ਕੱਢਣ ਚ ਬਾਡੀ ਦੀ ਹੈਲਪ ਕਰ ਸਕਦੇ ਜੀ, ਬਜਾਏ ਇਹਦੇ ਉਹਨੂੰ ਬਾਰ ਬਾਰ ਅੰਦਰ ਖਿੱਚਣ ਦੇ। ਆਪਾਂ ਕਰਦੇ ਨਾ ਕਈ ਵਾਰ ਜਿੰਨਾ ਬਲੋ ਕਰ ਸਕਦੇ ਹੋ ਨੱਕ ਤੋਂ, ਜਿੰਨਾ ਬਾਹਰ ਕੱਢ ਕੇ ਸੁੱਟ ਸਕਦੇ ਹੋ, ਬਾਡੀ ਦੀ ਹੈਲਪ ਕਰੋ ਜੀ, ਇਹੀ ਇਲਾਜ ਹੈ, ਕੁਛ ਹੋਰ ਕਰਨ ਦੀ ਜ਼ਰੂਰਤ।
ਅੱਛਾ ਡਾਕਟਰ ਸਾਹਿਬ ਦੇਖੋ ਹੁਣ ਹੁਣ ਇਹ ਨਾਰਮਲ ਹੀ ਗੱਲਾਂ ਨੇ ਖੈਰ ਅਸੀਂ ਇਸ ਅਗਾਂਹ ਵੱਧ ਦੁਨੀਆ ਦੇ ਵਿੱਚ ਆ ਔਰ ਸਾਨੂੰ ਇਸ ਦੇ ਨਾਲ ਅੱਗੇ ਚੱਲਣਾ ਪਊਗਾ ਜੋ ਨਵੀਂ ਤਕਨੀਕ ਹੈ ਉਸ ਦੇ ਨਾਲ ਵੀ ਸਾਨੂੰ ਜਿਹੜਾ ਹੈ ਸਾਥ ਦੇਣਾ ਪਊਗਾ ਬਟ ਹੁਣ ਮੈਂ ਤੁਹਾਡੀਆਂ ਇਹਨਾਂ ਗੱਲਾਂ ਤੋਂ ਉਹ ਪਿਛਲੇ ਬਜ਼ੁਰਗਾਂ ਨੂੰ ਚੇਤਾ ਕਰ ਰਹੀ ਹਾਂ ਕਿ ਉਸ ਸਮੇਂ ਦੇਖੋ ਛਿੱਕ ਵੀ ਬੜੀ ਉੱਚੀ ਆਵਾਜ਼ ਦੇ ਵਿੱਚ ਖੁੱਲ੍ਹ ਕੇ ਛਿੱਕ ਮਾਰੀ ਜਾਂਦੀ ਸੀ ਖੰਘਿਆ ਬਹੁਤ ਉੱਚੀ ਆਉਂਦਾ ਸੀ ਹਨਾ ਚਾਹੇ ਅਸੀਂ ਪੇਂਡੂ ਲੋਕ ਕਹਿ ਦਿੰਦੇ ਸੀ ਕਿ ਵੀ ਇਹ ਪੇਂਡੂ ਲੋਕ ਹੈ ਜੀ ਇਹ ਤਾਂ ਖੁੱਲੇ ਸੁਭਾਅ ਦੇ ਹੁੰਦੇ ਇਹਨਾਂ ਦੀ ਤਾਂ ਆਦਤ ਹੁੰਦੀ ਆ ਬਟ ਹੁਣ ਸਮਝ ਚ ਆਇਆ ਵੀ ਉਦੋਂ ਲੋਕ ਹਰ ਚੀਜ਼ ਨੂੰ ਖੁੱਲ ਕੇ ਹੱਸਣਾ ਵੀ ਖੁੱਲ ਕੇ ਰੋਣਾ ਵੀ ਖੁੱਲ ਕੇ ਔਰ ਜਿਹੜਾ ਤੁਸੀਂ ਜੁਖਾਮ ਕਹਿੰਦੇ ਹੋ ਨਜ਼ਲਾ ਕਹਿੰਦੇ ਹੋ ਜਦੋਂ ਸਾਨੂੰ ਲੱਗਦਾ ਸੀਗਾ ਤਾਂ ਅਕਸਰ ਹੀ ਉਸ ਸਮੇਂ ਹੁਣ ਯਾਦ ਆਉਂਦਾ ਕਿ ਦਾਦਾ ਦਾਦੀ ਕਹਿੰਦੇ ਤੁਸੀਂ ਅੰਦਰ ਹੀ ਕਿਉਂ ਸਿੱਟੀ ਜਾਂਦੇ ਇਹਨੂੰ ਬਾਹਰ ਕੱਢੋ ਜਾਓ ਬਾਹਰ ਜਾ ਕੇ ਨੱਕ ਸਾਫ਼ ਕਰਕੇ ਆਓ ਅਸੀਂ ਅੱਜ ਕੇ ਥੋੜਾ ਜਿਹਾ ਕਹਿ ਲੈਂਦੇ ਹਾਂ ਵੀ ਨਹੀਂ ਹੈਂਕੀ ਲੈ ਲਓ ਬਸ ਐਵੇਂ ਹੀ ਬਸ ਸਾਫ਼ ਕਰ ਲਓ ਬਸ ਠੀਕ ਹੈ ਇਟਸ ਓਕੇ ਹਨਾ ਤਾਂ ਸਾਫ਼ ਕਰਨਾ ਮਤਲਬ ਕਿਸੇ ਦੇ ਸਾਹਮਣੇ ਸ਼ਰਮ ਆਉਂਦੀ ਹੈ ਜੀ ਹਨਾ ਬੱਚੇ ਵੀ ਕਹਿ ਦਿੰਦੇ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਨੂੰ ਸੰਗ ਲੱਗਦੀ ਆ ਬਾਕੀ ਕੀ ਕਹਿਣਗੇ ਵੀ ਇਹਨੂੰ ਜੁਕਾਮ ਲੱਗਿਆ ਹੋਇਆ ਉਹ ਅੰਦਰ ਹੀ ਅੰਦਰ ਘੁੱਟੀ ਜਾਂਦੇ ਆ ਰੁਮਾਲ ਦੇ ਵਿੱਚ ਹੀ ਆਪਣੇ ਆਪ ਨੂੰ ਲਪੇਟੀ ਜਾਂਦੇ ਆ ਸੋ ਹੁਣ ਸਮਝ ਆਉਂਦੀ ਹੈ ਕਿ ਅਸੀਂ ਸਾਰੀਆਂ ਗੱਲਾਂ ਨੂੰ ਜਦੋਂ ਰੋਕਦੇ ਹਾਂ ਤਾਂ ਫਿਰ ਕੁਝ ਨਾ ਕੁਝ ਜਿਹੜਾ ਜਿਹਨੂੰ ਭਾਰੀ ਬਿਮਾਰੀ ਦਾ ਨਾਮ ਲੈ ਕੇ ਅਸੀਂ ਫਿਰ ਬਹਿ ਜਾਂਦੇ ਹਾਂ ਡਾਕਟਰਾਂ ਕੋਲ ਫਿਰ ਉਹਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਜੀ ਅੱਛਾ ਅਸੀਂ ਕੀ ਸੋਚਦੇ ਹਾਂ ਕਿ ਜੇ ਅਸੀਂ ਜ਼ੁਕਾਮ ਲਈ ਦਵਾ ਨਾ ਲਈ ਤਾਂ ਇਨਫੈਕਸ਼ਨ ਹੋ ਜਾਊਗੀ ਵੱਧ ਜਾਊਗਾ ਪਤਾ ਨਹੀਂ ਕੀ ਹੋ ਜਾਊਗਾ ਹੋ ਜਾਊਗਾ ਬਿਲਕੁਲ ਸਰ ਹਾਂਜੀ ਪਰ ਉਹ ਉਲਟਾ ਦਵਾ ਲੈਣ ਤੋਂ ਬਾਅਦ ਉਹ ਇਨਫੈਕਸ਼ਨ ਹੁੰਦੀ ਹੈ ਉਹ ਵੱਧਦਾ ਤਾਂ ਆ ਜਦੋਂ ਅਸੀਂ ਉਹਨੂੰ ਰੋਕਾਂਗੇ ਬਾਹਰ ਨਿਕਲਣ ਤੋਂ ਜਿੰਨਾ ਚਿਰ ਬਾਡੀ ਕੋਲੇ ਹਿੰਮਤ ਹੈ ਜਿੰਨਾ ਚਿਰ ਬਾਡੀ ਕੋਲੇ ਇਹ ਯੋਗਤਾ ਹੈ ਉਹਨੂੰ ਬਾਹਰ ਕੱਢਣ ਤੋਂ ਕੱਢ ਰਹੀ ਹੈ ਲੇਕਿਨ ਅਸੀਂ ਉਹਨੂੰ ਰੋਕਾਂਗੇ ਫਿਰ ਅਗਲੀ ਬਿਮਾਰੀ ਪੈਦਾ ਹੋ ਜੀ ਬਿਲਕੁਲ ਅੱਛਾ ਅਗਲੀ ਚੀਜ਼ ਹੈ ਮੰਨ ਲਓ ਹੁਣ ਆਪਾਂ ਨੂੰ ਲੂਜ਼ ਮੋਸ਼ਨ ਹੋ ਰਹੇ ਨੇ ਜੀ ਵੋਮਿਟਿੰਗ ਦੀ ਆਪਾਂ ਗੱਲ ਕੀਤੀ ਅਗਲਾ ਨੰਬਰ ਵੋਮਿਟਿੰਗ ਦਾ ਸੀ ਜਦੋਂ ਹੀ ਤੁਹਾਨੂੰ ਸੈਂਸੇਸ਼ਨ ਹੁੰਦੀ ਹੈ ਵੋਮਿਟਿੰਗ ਹਾਂਜੀ ਇੱਕੋ ਤਰੀਕਾ ਹੈ ਸਾਈਡ ਤੇ ਚਲੇ ਜਾਓ ਵਾਸ਼ਰੂਮ ਚਲੇ ਜਾਓ ਕਿਸੇ ਕੋਨੇ ਚਲੇ ਜਾਓ ਜੇ ਬਾਡੀ ਮਤਲਬ ਸੈਂਸੇਸ਼ਨ ਹੋ ਰਹੀ ਹੈ ਵੋਮਿਟਿੰਗ ਕ੍ਰੀਏਟ ਨਹੀਂ ਕਰ ਪਾ ਰਹੀ ਉਹਦੀ ਹੈਲਪ ਕਰੋ ਗਲੇ ਚ ਮਾਰੋ ਉਂਗਲੀ ਉਹਨੂੰ ਬਾਹਰ ਕੱਢ ਦਿਓ ਜੋ ਵੀ ਮਤਲਬ ਅਗਰ ਸਰੀਰ ਨੇ ਡਿਸਾਈਡ ਕਰ ਲਿਆ ਅਗਰ ਤੁਹਾਨੂੰ ਕੱਚਾ ਕੱਚਾ ਮਨ ਹੋ ਰਿਹਾ ਵੀ ਉਲਟੀ ਆਉਣ ਵਾਲਾ ਹੋ ਰਿਹਾ ਤੇ ਉਹਦੀ ਹੈਲਪ ਕਰ ਦਿਓ ਤੁਸੀਂ ਦੇਖੋਗੇ ਜਦੋਂ ਵੋਮਿਟਿੰਗ ਆ ਜਾਏਗੀ ਤੁਸੀਂ ਬਹੁਤ ਈਜ਼ੀ ਹੋ ਜਾਓ ਰਿਲੈਕਸ ਹੋ ਜਾਂਦੇ ਆ ਹਾਂਜੀ ਬਿਲਕੁਲ ਸਾਰੇ ਹਲਕੇ ਫੁਲਕੇ ਰਿਲੈਕਸ ਹੋ ਜਾਓ ਬਿਲਕੁਲ ਅੱਛਾ ਹੁਣ ਉਹ ਹਾਲਾਤ ਤੁਸੀਂ ਕਹੋਗੇ ਸਵਾਲ ਆਏਗਾ ਕਿ ਦੇਖੋ ਜੀ ਬੰਦੇ ਨੂੰ ਤਾਂ ਵੋਮਿਟਿੰਗ ਆ ਰਹੀ ਹੈ ਹਰ 2 ਮਿੰਟ ਉਹ ਪਾਣੀ ਦਾ ਘੁੱਟ ਪੀਂਦਾ ਤਾਂ ਵੀ ਵੋਮਿਟਿੰਗ ਆ ਗਈ ਮਾੜਾ ਜਿਹਾ ਕੁਝ ਖਾਂਦਾ ਤਾਂ ਵੀ ਵੋਮਿਟਿੰਗ ਲਗਾਤਾਰ ਲੰਬਾ ਸਮਾਂ ਵੋਮਿਟਿੰਗ ਆਉਂਦੀ ਰਹਿੰਦੀ ਕਈ ਵਾਰ ਜੀ ਵੀ ਫਿਰ ਕੀ ਕਰੀਏ ਜੀ ਇੱਕੋ ਚੀਜ਼ ਦਾ ਧਿਆਨ ਰੱਖ ਹਾਂਜੀ ਸਿਰਫ ਇੱਕੋ ਚੀਜ਼ ਦਾ ਕਿ ਬਾਡੀ 'ਚ ਪਾਣੀ ਦੀ ਕਮੀ ਨਾ ਬਸ ਜੀ ਤੁਸੀਂ ਦੇਖਿਆ ਹੋਣਾ ਕਈ ਵਾਰ ਲੋਕ ਸੁੱਕਾ ਹੀ ਅਵਤ ਜਿਹਨੂੰ ਆਪਾਂ ਕਹਿੰਦੇ ਨਾ ਵੱਤ ਜੇ ਆਈ ਜਾਂਦੇ ਨੇ ਆਉਂਦੀ ਨਹੀਂ ਬਾਹਰ ਠੀਕ ਹੈ ਵੋਮਿਟਿੰਗ ਨਹੀਂ ਆਉਂਦੀ ਵੋਮਿਟਿੰਗ ਦੀ ਸੈਂਸੇਸ਼ਨ ਵੀ ਹੋਈ ਜਾ ਰਹੀ ਹੈ ਬਾਡੀ ਜ਼ੋਰ ਵੀ ਲਾ ਰਹੀ ਹੈ ਲੇਕਿਨ ਬਾਹਰ ਨਿਕਲ ਨਹੀਂ ਰਿਹਾ ਇਹਦਾ ਮਤਲਬ ਹੈ ਬਾਡੀ ਹਜੇ ਵੋਮਿਟਿੰਗ ਕਰਨਾ ਤਾਂ ਚਾਹੁੰਦੀ ਹੈ ਲੇਕਿਨ ਉਹਦੇ ਕੋਲ ਪਾਣੀ ਹੈ ਨਹੀਂ ਪਾਣੀ ਹੈ ਜੀ ਉਹਨੇ ਪਾਣੀ ਜਿੰਨਾ ਕੁ ਐਡਜਸਟ ਕਰ ਸਕਦੀ ਸੀ ਅੰਦਰੋਂ ਹਰਾ ਪੂਰਾ ਲੈ ਸਕਦੀ ਸੀ ਆਰਗਨ ਤੋਂ ਉਹਨੇ ਲੈ ਕੇ ਆਪਣਾ ਕੰਮ 2-4 ਵਾਰ ਕਰਤਾ ਵੋਮਿਟਿੰਗ ਹੁਣ ਉਹਦੇ ਕੋਲ ਪਾਣੀ ਹੈ ਤਾਂ ਜਦੋਂ ਏਦਾਂ ਦੀ ਸਥਿਤੀ ਆਉਂਦੀ ਹੈ ਤੁਹਾਨੂੰ ਪਾਣੀ ਪੀਣਾ ਚਾਹੀਦਾ ਰੱਜ ਕੇ ਪਾਣੀ ਪੀਓ ਤਾਂ ਕਿ ਬਾਡੀ ਆਪਣਾ ਕਲੀਨਿੰਗ ਦਾ ਜਦੋਂ ਜਦੋਂ ਆਪਾਂ ਨਾਲੀ ਸਾਫ਼ ਕਰਦੇ ਹਾਂ ਜੀ ਪਿੰਡਾਂ ਚ ਕਰਦੇ ਹੁੰਦੇ ਸੀ ਨਾ ਜੀ ਜਮਾਦਾਰ ਉਹਨਾਂ ਦੀ ਨਾਲੀ ਸਾਫ਼ ਕਰ ਰਿਹਾ ਕਹਿੰਦਾ ਬੀਬੀ ਜੀ ਪਿੱਛੋਂ 2 ਵਾਰ ਜੇ ਪਾਣੀ ਦੇ ਡੋਲ ਦਿਓ ਗੰਦਗੀ ਨੂੰ ਸਾਫ਼ ਕਰਨਾ ਇਹੀ ਤਰੀਕਾ ਹੈ ਕਿ ਪਾਣੀ ਦੀ ਸਪਲਾਈ ਦਿੱਤੀ ਜਾਵੇ ਕਿਵੇਂ ਲੂਜ਼ ਮੋਸ਼ਨ ਹੈ ਲੂਜ਼ ਮੋਸ਼ਨ ਤੁਹਾਨੂੰ 10 ਵਾਰ ਹੋ ਗਿਆ 15 ਵਾਰ ਹੋ ਗਿਆ 20 ਵਾਰ ਹੋ ਗਿਆ ਕੋਈ ਟੈਨਸ਼ਨ ਨਹੀਂ ਹੈ ਕੁਛ ਨਹੀਂ ਹੋਏਗਾ ਤੁਹਾਨੂੰ ਮਤਲਬ ਸਰੀਰ ਤੁਸੀਂ ਦੇਖੋਗੇ ਜਿਹੜੇ ਲੋਕਾਂ ਦੀ ਡਾਇਰੀਆ ਨਾਲ ਮੌਤ ਹੁੰਦੀ ਹੈ ਟੱਟੀਆਂ ਉਲਟੀਆਂ ਨਾਲ ਜਿਹਨਾਂ ਲੋਕਾਂ ਦੀ ਮੌਤ ਹੁੰਦੀ ਹੈ ਇੱਕੋ ਹੀ ਵਜ੍ਹਾ ਬਣਦੀ ਹੈ ਡੀਹਾਈਡ੍ਰੇਟ ਪਾਣੀ ਦੀ ਕਮੀ ਕਰਕੇ ਮੌਤ ਹੁੰਦੀ ਹੈ ਹੋਰ ਮੌਤ ਹੋਣ ਦੀ ਕੋਈ ਵਜ੍ਹਾ ਨਹੀਂ ਅਗਰ ਅਸੀਂ ਪਾਣੀ ਦੀ ਗਲੂਕੋਜ਼ ਦੀ ਤੇ ਸਾਲਟ ਦੀ ਨਮਕ ਦੀ ਸਪਲਾਈ ਉਹ ਦਿੰਦੇ ਨੇ ਨਾ ORS ਦਾ ਘੋਲ ਘੋਲ ਦਿੰਦੇ ਬਿਲਕੁਲ ਦਿੰਦੇ ਹਾਂਜੀ ਤੁਸੀਂ ਆਪਣੇ ਘਰ ਸੇਂਦਾ ਨਮਕ ਬਿਲਕੁਲ ਗੁੜ ਰੱਖ ਲਓ ਪਾਣੀ ਦੇ ਵਿੱਚ ਘੋਲ ਘੋਲ ਕੇ ਜਿੰਨੀ ਵਾਰ ਲੂਜ਼ ਮੋਸ਼ਨ ਹੁੰਦਾ ਉਨੀ ਵਾਰ ਗਲਾਸ ਭਰ ਭਰ ਕੇ ਪੀ ਜਾਓ ਠੀਕ ਹੈ
कुछ होर करना नहीं पानी की सप्लाई दे जाओ तुम देखोगे जो बॉडी का काम टारगेट जो काम सीगा फिनिश हो गया वह टास्क अपने आप लूज मोशन रुक जाएगा। थोड़ी इस तो एक गल भी याद आई पुराने जे असि पिंडा की गल करते हैं ना जो साडा बचपन सी मेनू नहीं लगता सीगा भी कदे सानू जे कुछ प्रॉब्लम आउंदी सी मापे साडे तां इक्को ही पिंड दा इक्को ही डॉक्टर सीगा टटियां उल्टियां खास करके जे बच्चा नूं हुंदियां सी ओह सच्ची इही बस एक तां घोल ही उन्हें देना सी कोई गोली नहीं सी दिंदा कोई इंजैक्शन नहीं सी लांदा सिर्फ उन्हें एक घोल ही देना हुंदा सी और उही मावां जिहड़ियां दिन च पंज तों सत्त बार जां इस तों वी वध वार ओह पिउंदियां रहिंदियां सी ते उहदी सिर्फ इक्को ही कहना सी कि इह घोल ही तुसीं कंटिन्यू रखणा है जदों कुछ भी आउंदा चाहे बच्चे नूं कुछ भी प्रॉब्लम हुंदी है तां इहनूं घोल जरूर देना ਤਾਂ ਮੈਂ ਮੈਨੂੰ ਹੁਣ ਉਹ ਚੇਤੇ ਆ ਰਿਹਾ ਵੀ ਸੱਚੀ ਗੱਲ ਹੈ ਉਦੋਂ ਘੋਲ ਹੀ ਜ਼ਿਆਦਾ ਯੂਜ਼ ਹੁੰਦਾ ਸੀ ਉਦੋਂ ਮੈਡੀਸਨ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਸੀ ਅੱਜ ਕੱਲ ਤਾਂ ਸਾਡੇ ਜੰਮਦੇ ਜਵਾਕਾਂ ਨੂੰ ਅਸੀਂ ਥੱਬਾ ਥੱਬਾ ਗੋਲੀਆਂ ਦੇਈ ਜਾਂਦੇ ਘੋਲ ਘੋਲ ਜੀ ਮੈਨੂੰ ਯਾਦ ਹੈ ਸਾਡੇ ਮਦਰ ਜੀ ਉਹ ਦੱਸਿਆ ਕਰਦੇ ਸੀ ਵੀ ਜਦੋਂ ਸਾਡੇ ਕਿਸੇ ਬੱਚੇ ਨੂੰ ਵੀ ਲੂਜ਼ ਮੋਸ਼ਨ ਹੁੰਦਾ ਸੀ ਤਾਂ ਕੀ ਕਰਦੇ ਸੀ ਸੌਫ ਮਿੱਠੀ ਸੌਫ ਆਪਣੇ ਮੂੰਹ ਚ ਪਾ ਲੈਣੀ ਉਹਨਾਂ ਨੇ ਜੀ ਉਹ ਚੱਬ ਕੇ ਨਾ ਚੱਬ ਕੇ ਉਸ ਤੋਂ ਬਾਅਦ ਉਹਨਾਂ ਨੇ ਚੁੰਨੀ ਦੇ ਨਾਲ ਉਹ ਕੱਢ ਕੇ ਪਾ ਕੇ ਤੇ ਨਚੋੜਦੇ ਨੇ ਮੂੰਹ ਚ ਬੱਚੇ ਦੇ ਅੱਛਾ ਉਹਦੇ ਨਾਲ ਲੂਜ਼ ਮੋਸ਼ਨ ਬੰਦ ਹੋ ਜਾਂਦਾ ਜੀ ਤੇ ਅੱਛਾ ਹੁਣ ਆਪਾਂ ਕੀ ਕਰਨਾ ਹੈ ਦੇਖੋ ਇਹ ਇਹ ਗੱਲ ਇਹ ਹੈਗੀ ਆ ਵੀ ਡਿਸ ਈਜ਼ ਸਾਡੇ ਸਰੀਰ ਨੂੰ ਡਿਸਕੰਫਰਟ ਜਦੋਂ ਸਰੀਰ ਵੇਸਤੇ ਨੂੰ ਬਾਹਰ ਕੱਢੇਗਾ ਬਾਡੀ ਆਪਣੀ ਸਫਾਈ ਕਰੇਗੀ ਤੇ ਡਿਸ ਈਜ਼ ਤਾਂ ਹੋਏਗੀ चाहे वो रनिंग नोज जुकाम नजला जुकाम बलगम खांसी है चाहे वो बुखार है चाहे वो लूज मोशन है चाहे वॉमिटिंग है दीज ऑल आर डिसीजेस मतलब डिसकंफर्ट है असि उस डिसकंफर्ट को झल नहीं पाते असि उन्हें बर्दाश्त नहीं करते दौड़ के दवाई लैन चले जाने असि उन्हें डिजीज बना लेने जान बुझ के ठीक है तुम ये देखोगे अज तो जो लोग छिका नल्ले जुकाम बुखार खंग लूज मोशन वॉमिटिंग दवा लेना बंद कर देंगे उन्होंने कैंसर होने के चांसेस लगभग ना के बराबर जी तो काफी दवाइया तो मैंने लगता है इतना ही बंद हो गई क्योंकि शुरुआत ही दवाइया की इन्ना सारिया चीजा तो होंगी है 80% दवाइया तुम्हारी लगभग बंद है हम देखो ਤੁਸੀਂ ਜੁਕਾਮ ਜੁਕਾਮ ਲਈ ਦਵਾਈ ਲੈ ਰਹੇ ਹੋ ਖੰਘ ਲਈ ਲੈ ਰਹੇ ਹੋ ਐਂਟੀਬਾਇਟਿਕ ਲੈ ਰਹੇ ਹੋ ਤੁਹਾਡੀ ਇਮਿਊਨਿਟੀ ਨੂੰ ਲੋ ਕਰ ਰਹੀਆਂ ਨੇ ਜੀ ਹਰ ਦਵਾਈ ਤੁਹਾਡੀ ਇਮਿਊਨਿਟੀ ਨੂੰ ਕਮਜ਼ੋਰ ਕਰੇਗੀ ਤੇ ਜਦੋਂ ਤੁਹਾਡੀ ਇਮਿਊਨਿਟੀ ਕਮਜ਼ੋਰ ਹੋਏਗੀ ਤਾਂ ਹੀ ਤੁਹਾਨੂੰ ਦੂਜੀਆਂ ਬਿਮਾਰੀਆਂ ਅੱਗੇ ਜਾ ਕੇ ਲੱਗਣਗੀਆਂ ਬਾਡੀ ਉਹਦਾ ਮੁਕਾਬਲਾ ਨਹੀਂ ਕਰ ਪਾਏਗੀ ਕਿਡਨੀ ਫੇਲ ਹੋਣੀ ਹੈ ਉਸ ਤੋਂ ਬਾਅਦ ਤੁਹਾਡਾ ਲੰਗ ਦੇ ਵਿੱਚ ਕੋਈ ਪ੍ਰੋਬਲਮ ਆਉਣੀ ਹੈ ਅਸਥਮਾ ਹੋ ਰਿਹਾ ਟੀਬੀ ਹੋਣੀ ਹੈ ਜਾਂ ਹੋਰ ਬਿਮਾਰੀਆਂ ਜਿਹੜੀਆਂ ਨੇ ਉਹ ਬਾਅਦ ਜਨਮ ਲੈਂਦੀਆਂ मैं पहले क्या थी साडा शरीर एवं एक चंगी पली किडनी एवं थोड़ा खराब हो जाएगी साडी कई साल की मेहनत होंगी खराब करनी असि खुद मेहनत करते हैं तो एको तरीका है साडी जिहड़ी थ्री स्टेप फ्लू डाइट है जिहड़ी आपां कोरोना लई गल कीती अगर तुसी चाहे तुहानूं जुकाम है चाहे तुहानूं रेशा हुई है चाहे तुहानूं बुखार है चाहे लूज मोशन है चाहे वॉमिटिंग है अगर तुसीं उस थ्री स्टेप डाइट नूं अपना लैंदे हो नारियल पानी संतरे दा जूस लोग इन्नी गलत इनफॉर्मेशन है जी जदों जुकाम हुंदा है उह खट्टियां चीजां खानियां बंद कर बंद करदे बिलकुल करदे खट्टियां चीजां खानियां बंद करनियां ने अचार ना खाओ सॉस ना खाओ चटनी ना खाओ बाजार दीयां खट्टियां चीजां नहीं खानियां लेकिन नींबू ते संतरा तो बॉडी लई बहुत जरूरी है हथियार ने बॉडी विटामिन सी तो इस समय बॉडी का औजार है जे उहनूं उहदी सप्लाई ना होई उहने मुकाबला नहीं कर पाउणा ते तुसीं नारियल पानी ते खट्टे फलां दा जूस संतरे मौसमी पाइनएप्पल जां नींबू ही इस्तेमाल करदे रहो ਤਾਂ ਤੁਸੀਂ ਦੇਖੋਗੇ 2 ਜਾਂ 3 ਦਿਨ ਦੇ ਵਿੱਚ ਤੁਸੀਂ ਆਪਣੀ ਇਸ ਡਿਸ ਈਜ਼ ਤੋਂ ਬਾਹਰ ਆ ਜਾਓ ਬਿਨਾਂ ਇੱਕ ਵੀ ਦਵਾ ਖਾਏ ਦਾਵਾ ਹੈ ਸਾਡਾ ਇੱਕ ਵੀ ਦਵਾ ਖਾਏ ਬਿਨ ਨਾਟ ਏ ਸਿੰਗਲ ਟੈਬਲੇਟ ਕੋਈ ਦਵਾ ਖਾਣ ਦੀ ਲੋੜ ਨਹੀਂ ਮੈਂ ਫਿਰ ਰਿਪੀਟ ਕਰ ਦਿੰਦਾ ਜੀ ਉਹ ਡਾਈਟ ਪੇਸ਼ੈਂਟ ਦਾ ਵਜ਼ਨ ਅਗਰ 7 ਕਿਲੋ ਦਾ ਮਰੀਜ਼ ਹੈ
पहले दिन उन्हें इनू दस से तकसीम करना, 7 किलो दस से तकसीम करने, 6 गिलास नारियल पानी पीने, 6 गिलास उन्हें संतरे या मौसमी का जूस पीना जी। और कुछ लोग कहते वोमिटिंग आती है जी, असं कि पीए, जो पीने वोमिटिंग हो जाती है तो पीन का तरीका एक घुट भर के रुक जाना है जी। जो घुट डायजेस्ट हो जाए उस तो बाद दूजा घुट भरना है, वोमिटिंग नहीं होगी। मतलब एक गिलास को पीने 15 मिनट लाने जी, तो फिर तुम तो वोमिटिंग नहीं होगी, तो बॉडी को एनर्जी मिल जाएगी, बॉडी का मुकाबला कर लेगी जिड़ी भी प्रॉब्लम है। तो कुछ नहीं खाना जी। कोई केला, कोई संतरा, कुछ भी नहीं। मतलब तुम संतरा अगर खा सकते हो खा लो, लेकिन अगर जूस पीना है, जूस जो कड़ना है भी छानना नहीं है, फिर फाइबर लेना। ठीक है जी। दूसरे दिन की करना है जी? जी दूसरे दिन बॉडी वेट नू 20 नाल तकसीम करना है जी। 7 किलो का बंदा है, 20 नाल तकसीम करने के 3 जवाब आया, तो दूसरे दिन 3 गिलास नारियल पानी के पीने, 3 गिलास संतरे के जूस के पीने हैं जी। ते रात नू शाम नू दूसरे दिन बॉडी वेट इनटू 5 जी, 7 नू 5 नाल गुणा करेंगे 300 जवाब आंदा है, तो 300 ग्राम खीरा ते टमाटर खाने दूसरे दिन। दूसरे दिन जी वोमिटिंग थोड़ी ठीक हो चुकी होगी, लूज मोशन लगभग ठीक हो चुके होंगे, बुखार थोड़ा थले आ चुका होगा, खा सकोगे। तीजे दिन बॉडी वेट को 30 नाल डिवाइड करना है, 2 गिलास नारियल पानी के, 2 गिलास संतरे मौसमी के जूस तुम दोपहर 12 बजे तक पी लेने हैं। लंच के 1:30 बजे भुख लगती है, खीरा टमाटर 300 ग्राम खा लेना है। रात को डिनर के फिर 300 ग्राम खीरा टमाटर खा के अगर होर भुख है अपना घर का बनया खाना खा सकते हो। तिना दिन चाहे उल्टिया ने, चाहे थोड़ा लूज मोशन है, चाहे थोनू नजला जुकाम है, चाहे बुखार है, हर चीज 3 दिन च लगभग ठीक हो जी। तो फिर दवाइया हाँ दवाइया तो फिर उही खेड़ा छुट्टन वाली गल हो जाती है जी। असि फिर थब्बा थब्बा तो दवाइया खा जाने, किथे एक गिलास पानी का कह रहे हो तुसी या जूस का कह रहे हो, असि थब्बा थब्बा दवाइया अंदर सिट दे आंगे वी इन्हां सारिया चीजा नूं रोकण दे लई, फिर उन्हां तो थोड़ा छुटकारा मिल जाएगा। मनजीत जी तुसी कल्पना करके देखोगे, सिर्फ जिहड़ी अपने एक स्रोते ने गल की है ना कि हुण फिर रेशा आउंदी है जी अलग तरह की, अंग ते रेशा दे इलाज ते लोग हजारां रुपया लगाते जी, फिर भी ठीक नहीं होंदे जी। उन्होंने मेरी सलाह ये 3 दिन की डाइट है, ये 3 दिन की डाइट तुम लो, उस तो बाद तुम जी डी आई पी डाइट है साड़ी, सवेरे फ्रूट खाना है, रोटी खाने तो पहले सलाद खाना है, तो उदे ते आओगे तो हफ्ते 10 दिन के विच में तुहाडी समस्या ठीक हो जाए। चलो जी, एक सवाल है सारे स्रोतियां दे नाम भी, अगर कोई इस प्रोग्राम नूं सुनो रह भी जांदा है और कन्फर्म भी हुंदा कि अज कुछ मसला है जड़ा वो क्लियर होया होएगा, तो रिपीट दे विच जरूर सुन के तुसी सर होरां नूं एक मैसेंजर ते मैसेज छड़ दिओ जी, तुहाडे नाल ज्वाइन हो जाएंगे और तुहाडियां गल्लां बातां दा जवाब भी दे देंगे। और बाकी डॉक्टर साहब तुहाडे नाल गल करनी होवे तां कोई नंबर, अपना मोबाइल नंबर तुसी अनाउंस कर दोगे, ताकि जिहड़े स्रोते ਇੱਥੇ ਚੁੱਪ ਨੇ ਹਲੇ ਨਹੀਂ ਕੁਝ ਪੁੱਛਣਾ ਚਾਹੁੰਦੇ ਤਾਂ ਬਾਅਦ ਦੇ ਵਿੱਚ ਤੁਹਾਡੇ ਨਾਲ ਆਪਣੀ ਸਲਾਮ ਮਸ਼ਵਰਾ ਰੱਖ ਸਕਦੇ ਆ। ਮੇਰਾ ਮੋਬਾਈਲ ਨੰਬਰ ਹੈ ਜੀ 9256213157 9256213157 ਜੀ, ਇਹ ਪਰਮਾਨੈਂਟ ਮੋਬਾਈਲ ਨੰਬਰ ਹੈ ਮੇਰਾ, ਕੋਈ ਦਿੱਕਤ ਨਹੀਂ ਹੈ, ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਜੀ। ਔਰ ਮੇਰਾ ਜੋ ਮਰੀਜ਼ਾਂ ਨੂੰ ਦੇ ਇਲਾਜ ਕਰਨ ਦਾ ਤਰੀਕਾ ਹੈ ਉਹ ਥੋੜਾ ਜਿਹਾ ਅਲੱਗ ਤਰ੍ਹਾਂ ਦਾ ਹੈ ਜੀ। ਮੈਂ ਫੀਸ ਲੈਣਾ ਜੀ, ਕਿਸੇ ਵੀ ਬਿਮਾਰੀ ਦਾ ਮਰੀਜ਼ ਹੈ ਮੇਰੀ ਫੀਸ ਹੁੰਦੀ ਹੈ 5000 ਰੁਪਿਆ। ਠੀਕ ਹੈ, ਲੇਕਿਨ ਮੈਂ ਆਪਣੇ ਮਰੀਜ਼ ਨੂੰ ਡਾਕਟਰ ਬਣਾ ਕੇ ਵਾਪਸ ਭੇਜਦਾ, ਉਹ ਮਰੀਜ਼ ਨੂੰ ਨਾ ਤਾਂ ਦੁਬਾਰਾ ਜ਼ਿੰਦਗੀ ਭਰ ਮੇਰੇ ਕੋਲ ਆਉਣ ਦੀ ਲੋੜ ਹੈ, ਨਾ ਹੀ ਉਹਨੂੰ ਕਿਸੇ ਹੋਰ ਦੁਨੀਆਂ ਦੇ ਡਾਕਟਰ ਕੋਲ ਜਾਣ ਦੀ ਲੋੜ ਹੈ ਜੀ। ਉਹਦੇ ਲਈ ਮੇਰਾ ਟ੍ਰੇਨਿੰਗ ਪ੍ਰੋਗਰਾਮ ਹੈ ਜਿਹੜਾ ਲਾਈਫ ਸਟਾਈਲ ਐਜੂਕੇਟਰ ਦਾ, ਉਹ ਹਰ ਪੇਸ਼ੈਂਟ ਲਈ ਜ਼ਰੂਰੀ ਹੈ ਜੁਆਇਨ ਕਰਨਾ ਜੀ, ਕਿਉਂਕਿ ਮੈਂ ਇਹ ਚਾਹੁੰਦਾ ਕਿ ਜਿਹੜਾ ਵੀ ਪੇਸ਼ੈਂਟ ਮੇਰੇ ਕੋਲ ਆਉਂਦਾ ਉਹ ਆਪਣਾ ਡਾਕਟਰ ਖੁਦ ਬਣ ਕੇ ਜਾਵੇ, ਤਾਂ ਹੀ ਉਹਦਾ ਇਲਾਜ ਸਹੀ ਤਰੀਕੇ ਨਾਲ ਹੋ ਸਕੇਗਾ, ਜ਼ਿੰਦਗੀ ਭਰ ਤਾਂ ਹੀ ਤੰਦਰੁਸਤ ਰਹੇਗਾ ਉਹ ਜੀ। ਤੇ ਉਹ ਟ੍ਰੇਨਿੰਗ ਪ੍ਰੋਗਰਾਮ ਲਾਈਫ ਸਟਾਈਲ ਐਜੂਕੇਟਰ ਦਾ ਆਨਲਾਈਨ ਟ੍ਰੇਨਿੰਗ ਹੈ, 1 ਮਹੀਨੇ ਦਾ ਪ੍ਰੋਗਰਾਮ ਹੈ ਜੀ, ਉਹ ਰੋਜ਼ ਰਾਤ ਨੂੰ 8:30 ਤੋਂ 9:30 ਤੱਕ ਕਲਾਸ ਹੁੰਦੀ ਹੈ ਜ਼ੂਮ ਐਪ ਤੇ, ਲਾਈਵ ਕਲਾਸ ਹੁੰਦੀ ਹੈ ਜੀ। ਕੱਲ 28 ਮਈ ਨੂੰ
अगला 13वां बैच शुरू होया जी, इसके 12 बैच पहला कंप्लीट हो चुके हैं, 13वां बैच 28 मई तो शुरू होया, अगला बैच जो 28 जून में शुरू होएगा जी। ते कोई भी दोस्त कोई भी स्रोत्या चो अगर वो चाहते ने कि असी अपने डॉक्टर आप बन जाइए, सानू बारवे डॉक्टर की जरूरत ना पवे, कदों पाएगी तुहानू डॉक्टर की जरूरत, अगर तुहाडे मान लो एक्सीडेंट हो गया, लत टुट गई है, फ्रैक्चर हो गया, तो प्लास्टर लगवाना पड़ेगा, तां तुहानू डॉक्टर को जाना पड़ेगा जी। अगर जख्म है, कोई टांके लगवाने ने, तां तुहानू डॉक्टर को जाना पड़ेगा। अगर कोई अचानक बेहोश हो गया बंदा, तां तुहानू जरूर डॉक्टर को जाना चाहिए, जाना पड़ेगा। लेकिन इस तो अलावा तुहानू नज़ले जुकाम तो लैके कैंसर तक का इलाज जिहड़ा है वो घर दे विच सिर्फ अपने खाने नू सुधार के, सिर्फ खाने वाली चीजा नू की खाइए, किन्नी मात्रा च खाइए ते कदों खाइए, ये सिखा के असीं कैंसर तक का एज तक का इलाज जिहड़ा है वो सिखाउने आ, ते करदे आ दावे नाल बिना एक भी दवाई दिते कि सारिया बीमारियां जिहड़ी डायबिटीज नू डॉक्टर ये कहंदे ने कि इहदा कोई इलाज नहीं है, जिंदगी भर दवाई खानी पैंदी है, 80% डायबिटीज मरीजां दी दवा असीं पहले 3 दिन च बंद करा जी। ठीक है, फिर जी हर कोई श्रोते ने ही कहने होने कि तुसी अगर तुहानू कोई इदा लगदा है कि यकदम किसी ते विश्वास नहीं करना, तां तुसी कॉल करो, विजिट करो, मिलो सर नाल, गल्लां करो, और तुहानू अगर लगदा है कि तुसी कुछ फायदे दे विचो और तुहानू फायदा हो सकदा है तां जरूर अपनाओ श्रोतियो, क्योंकि असीं अजकल बहुत ज्यादा डॉक्टर साहब पहली प्रॉब्लम तां इह हुंदी है कि जदों बीमारी दा पता सानू लगदा है कि सानू कोई बीमारी लग गई, सानू ए शौक नहीं हुंदा कि एदे लई प्रोसेस किन्ना लंबा है, सानू ए शौक हुंदा कि एदे लई पैसा किन्ना चाहिदा, और जिवें कि साडे अजकल दे हालात चलदे है, साडे कारोबार बंद होए वे है, साडियां सैलरियां कटियां जांदियां ने, और ओनी सैलरी च असी अपनी रोटी जिहड़ी पानी असी अपने टब्बर दा करना असी ओही बड़ा मुश्किल नाल चलाउने आ, ते जे सानू इकदम पता लग जाए कि असी किसे बीमारी दे विच फस गए आ, असी अद्धे तां उदों ही मर जांदे आ जदों सानू पता लग जांदा है, डॉक्टर दस दिंदा है कि इस बीमारी ते इन्ने लख लगणगे, अद्धा बंदा मैं कहिंदी आ उस दिन मर जांदा है कि यार इन्ना लख लिआउण दे लई किन्ने रिश्तेदारां दे पैर पैणे पैणगे, फिर ओनू चुकाउण दे लई किन्ना सानू अगे आपदी प्रॉपर्टी नू अगे सेल करना पएगा। सो अगर तुसी छोटियां छोटियां गल्लां दे नाल अपने आप नू सांभ सकदे हो तां इन्नी वड्डी गल दे विच जाण तों इही कहांगे कि जरूर मिलो सर नाल, जरूर गल करो, और जे तुहानू लगदा है कि तुसी कुछ बेनीफिट दे विच हो तां जरूर प्लीज तुसी अपने आप नू अवेयर करो। डॉक्टर साहब समा अपने कोले कंप्लीट 9 बज गए ने, जी 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 बस एक जानकारी छोटी जी होर देना चाहना मैं कि मेरा यूट्यूब चैनल है जिदा नाम है लाइफ विदाउट मेडिसिन। हां जी, उस चैनल ते जाके तुसी उत्थे 250 वीडियो ने जी, उन्हां नू देख के बहुत सारा ज्ञान, बहुत सारी जानकारी उन्हां वीडियो दे विच जिहड़े करंट इश्यूज ने, जिवें अजकल ब्लैक फंगस दा चल रहा है, इत्थे बनाउण जा रहा वीडियो, जिवें मतलब यह वैक्सीन का मुद्दा है, जो होर बहुत सारे जो करंट इशू ने उन्होंने वीडियो होंगे ने, उत्ते लाइफ विदाउट मेडिसिन चैनल सबसक्राइब कर सकते हो, तो उस चैनल से जाके बहुत सारे जरा नॉलेज है वह लै सकते हो। अगला एक हफ्ते तक जी मेरी वैबसाइट है वह भी तैयार होने जा रही है, cbmnature.com का नाम होगा, CBM मतलब क्योर बाई मदर, nature.com वो वैबसाइट थानू मैं दस दिया, तो वैबसाइट से विजिट कर सकते हो, उसे बहुत सारी किताबा हो गए जो पढ़ सकते हो, बहुत सारे वीडियो हो गए जो देख सकते हो, तो जुड़े रहो। मैं तो ये कहना चाहूंगा कि अगर तुम सिर्फ रेडियो प्रवास के प्रोग्राम ना ही जुड़े रहते हो तो भी बहुत सारी नॉलेज तुम इस प्रोग्राम से ले जाओगे, तुहाडा बहुत बहुत धन्यवाद। मनजीत मान जी का तुम सारे धन्यवाद करना चाहिए जिन्होंने ये अरेंज किया प्रोग्राम, से शुक्रिया रेडियो प्रवास का बहुत बहुत धन्यवाद जिन्होंने गल रखने का मौका दिता जी, मेहरबानी। डॉक्टर साहब मैं इतने स्वार्थी हाँ, मैं पहला कहने हुंदा ना बंदा दूजियां बारे बाद च सोचदा, पहला आपदे बारे सोचदा है, तां डॉक्टरी मसले नूं लिआउण दा मकसद ही मैनूं इह सी कि मैं बहुत बिगड़ी हुई सी खाण पान दे मामले च, ते हुण मैं इह नहीं कहिंदी वी 100 चों मैं पूरे 90% ही तुहानूं मंनदी आं, पर मैनूं इह लगदा कि 20% तों 30% तक मैं जा रही हां, हौली हौली हर चीजां दा सुधार कर लांगे। सो आपदा सुधार करन लगे हां तां फिर श्रोते
ਬੰਦਿਆਂ ਦਾ ਵੀ ਵਿੱਚ ਆਈ ਜਾਂਦਾ ਸੋ ਇੱਕ ਘਾਟ ਚੱਲ ਰਹੀ ਸੀ ਮੇਰੇ ਵਿੱਚ ਮੈਨੂੰ ਲੱਗਦਾ ਸੀਗਾ ਕਿ ਇਸ ਮੰਚ ਦੇ ਨਾਲ ਇੱਕ ਅਸੀਂ ਡਾਕਟਰੀ ਸਹਾਇਤਾ ਜ਼ਰੂਰ ਰੱਖੀਏ ਤਾਂ ਕਿ ਸਾਡੇ ਸਰੋਤੇ ਆ ਜਿਹੜੇ ਬੜੀਆਂ ਛੋਟੀਆਂ ਛੋਟੀਆਂ ਬਿਮਾਰੀਆਂ ਦੇ ਵਿੱਚ ਘਿਰੇ ਹੁੰਦੇ ਆ ਔਰ ਬੜੇ ਸਾਰੇ ਅੱਜ ਸਵਾਲ ਆ ਰਹੇ ਨੇ ਕੋਈ ਥਾਇਰਾਇਡ ਬਾਰੇ ਪੁੱਛ ਰਿਹਾ ਕੋਈ ਸ਼ੂਗਰ ਬਾਰੇ ਪੁੱਛ ਰਿਹਾ ਤੁਹਾਨੂੰ ਤਾਂ ਮੈਂ ਇਹੀ ਕਹੂੰਗੀ ਸਰੋਤੇ ਹੋ ਕਿ ਤੁਸੀਂ ਮੈਨੂੰ ਮੇਰੇ ਵਟਸਐਪ ਤੇ ਇੱਕ ਹੈਲੋ ਦਾ ਮੈਸੇਜ ਭੇਜ ਦਿਓ ਮੈਂ ਤੁਹਾਨੂੰ ਸਰ ਦਾ ਨੰਬਰ ਸੈਂਡ ਕਰ ਦੂੰਗੀ ਤੁਸੀਂ ਆਪ ਆਪਣੇ ਤਰੀਕੇ ਦੇ ਨਾਲ ਸਰ ਦੇ ਨਾਲ ਗੱਲਬਾਤ ਕਰੋਗੇ ਸੋ ਡਾਕਟਰ ਤੇਜਪਾਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਅੱਜ ਦੇ ਸੈਗਮੈਂਟ ਦੇ ਵਿੱਚ ਬਹੁਤ ਸਾਰੀ ਨੌਲੇਜ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਦੇ ਲਈ ਦਿਲੋਂ ਸਤਿਕਾਰ ਤੇ ਧੰਨਵਾਦ ਜੀ ਸਾਰੇ ਸਰੋਤਿਆਂ ਵੱਲੋਂ ਔਰ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਸ਼ੁਕਰੀਆ ਜੀ ਮਿਹਰਬਾਨੀ ਜੀ ਤੋ ਇਹ ਦੱਸੇ ਸਰੋਤਿਆਂ ਸਾਡਾ